ਕਿਸੇ ਸਮੇਂ ਕਿਸੇ ਦੇਸ਼ ਵਿੱਚ ਜਿੰਨੇ ਮਸਲੇ ਹੁੰਦੇ ਨੇ, ਉਸ ਸਮੇਂ ਉਸ ਦੇਸ਼ ਦੀ ਜਨਤਾ ਕੋਲ ਉਨੇ ਹੀ ਸਵਾਲ ਹੁੰਦੇ ਨੇ। ਅੱਜ ਪੰਜਾਬ ਦੀ ਜਨਤਾ ਕੋਲ ਬਹੁਤ ਸਵਾਲ ਨੇ, ਪੰਜਾਬ ਦੀ ਨੌਜਵਾਨ ਪੀੜ੍ਹੀ ਕੋਲ ਬਹੁਤ ਸਵਾਲ ਨੇ, ਅਤੇ ਅੱਜ ਇਹਨਾਂ ਸਵਾਲਾਂ ਦੇ ਸਨਮੁੱਖ ਹਨ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ। ਇੱਕ ਵਕੀਲ, ਇੱਕ ਸਮਾਜ ਸੇਵਕ, ਇੱਕ ਮਨੁੱਖੀ ਅਧਿਕਾਰਾਂ ਲਈ ਝੰਡਾ ਚੁੱਕਣ ਵਾਲਾ ਯੋਧਾ, ਇੱਕ ਪੰਜਾਬ ਪੰਜਾਬੀ ਪੰਜਾਬੀਅਤ ਲਈ ਜੂਝਣ ਵਾਲਾ ਜੁਝਾਰੂ, ਬੱਚਿਆਂ ਲਈ ਨੌਜਵਾਨਾਂ ਲਈ ਕੰਮ ਕਰਨ ਵਾਲਾ ਅਣਥੱਕ ਕਾਮਾ, ਉੱਨੀ ਸੌ 84 ਦੇ ਦਿੱਲੀ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਮਜ਼ਲੂਮਾਂ ਦੀ ਨਿੱਡਰ ਆਵਾਜ਼ ਅਤੇ ਹੋਰ ਕਿੰਨੇ ਹੀ ਵਿਸ਼ੇਸ਼ਣ ਤੁਸੀਂ ਇਸ ਇੱਕ ਸ਼ਖਸੀਅਤ ਦੇ ਨਾਮ ਨਾਲ ਜੋੜ ਸਕਦੇ ਹੋ, ਜਿਸ ਸ਼ਖਸੀਅਤ ਦਾ ਨਾਮ ਹੈ ਐਡਵੋਕੇਟ ਐਚ ਐਸ ਫੂਲਕਾ। ਫੁਲਕਾ ਸਾਹਿਬ, ਇੱਕ ਤੁਸੀਂ ਨਾਮਵਰ ਵਕੀਲ ਦੇ ਰੂਪ 'ਚ ਜਾਣੇ ਜਾਂਦੇ ਹੋ, ਪਰ ਨਾਲ ਨਾਲ ਤੁਸੀਂ ਸਮਾਜ ਸੇਵਾ ਦੇ ਕੰਮ ਵੀ ਕਰਦੇ ਹੋ, ਇਹ ਸਮਾਜ ਸੇਵਾ ਦੀ ਜਿਹੜੀ ਚੇਟਕ ਹੈ ਇਹ ਕਿੱਥੋਂ ਲੱਗੀ? ਸ਼ੁਰੂ ਤੋਂ ਹੀ ਮੇਰੇ ਮਨ ਵਿੱਚ ਇਹ ਭਾਵਨਾ ਸੀ ਰਹੀ, ਅਤੇ ਜ਼ਿਆਦਾਤਰ ਇਹ ਭਾਵਨਾ ਜੋ ਆਈ ਉਹ ਜਦੋਂ ਮੈਂ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਸੀ, ਪੀ ਏ ਯੂ ਦੇ ਵਿੱਚ। ਉਸ ਟਾਈਮ ਦੇ ਉੱਤੇ ਉੱਥੇ ਇੱਕ ਇਹੋ ਜਿਹਾ ਮਾਹੌਲ ਸੀ, ਇਸ ਤਰ੍ਹਾਂ ਦੀ ਫੀਲਿੰਗ ਸੀ ਕਿ ਹਰ ਇੱਕ ਸਟੂਡੈਂਟ ਦੇ ਵਿੱਚ ਨਾ ਸਮਾਜ ਸੇਵਾ ਇੱਕ ਤਰ੍ਹਾਂ ਕੁੱਟ ਕੁੱਟ ਕੇ ਭਰੀ ਜਾਂਦੀ ਸੀ। ਅਤੇ ਉਸ ਤੋਂ ਪਹਿਲਾਂ ਜੇਕਰ ਮੈਂ ਦੇਖਾਂ ਬੈਕਗਰਾਊਂਡ, ਤਾਂ ਸਾਡੇ ਪਰਿਵਾਰ ਦੇ ਵਿੱਚ ਹੀ ਇਹ ਚੀਜ਼ ਹੈ। ਮੇਰੇ ਦਾਦਾ ਜੀ, ਮੈਂ ਵੈਸੇ ਸਰਦਾਰਾਂ ਦੀ ਫੈਮਿਲੀ ਨੂੰ ਬਿਲੋਂਗ ਕਰਦਾ, ਭਦੌੜੀਏ ਸਰਦਾਰਾਂ 'ਚੋਂ ਹਾਂ। ਮੇਰੇ ਦਾਦਾ ਜੀ ਉਹ ਸਭ ਕੁਝ ਛੱਡ ਕੇ ਜਾ ਕੇ ਸੰਤ ਬਣ ਗਏ ਸੀ। ਪੁੱਛ ਵਾਲੇ ਬਾਬਾ ਹਰਨਾਮ ਸਿੰਘ ਜੀ ਦੀ ਸੇਵਾ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ। ਉਸ ਤੋਂ ਬਾਅਦ ਬਲੁੱਕੇ ਵਾਲੀ ਸੰਤਾਂ ਦੀ ਸੇਵਾ ਵਿੱਚ, ਅਤੇ ਸਾਰੀ ਉਮਰ ਉਹਨਾਂ ਨੇ ਫਰੀ ਦਵਾਖਾਨਾ ਹੀ ਚਲਾਇਆ। ਉੱਥੋਂ ਹੀ ਸਾਡੇ ਪਰਿਵਾਰ ਦੇ ਵਿੱਚ ਹੀ ਮੇਰੇ ਫਾਦਰ ਦੀ ਵੀ ਐਸੀ ਤਬੀਅਤ ਸੀ, ਉਹ ਔਰ ਮੈਂ ਵੀ ਜਦੋਂ ਸ਼ੁਰੂ ਤੋਂ ਹੀ ਆਪਣੇ ਬਚਪਨ ਤੋਂ ਹੀ ਦੇਖਦਾ ਸੀ ਇਸ ਤਰ੍ਹਾਂ ਦੀ ਫੀਲਿੰਗ। ਉਹ ਫੀਲਿੰਗ ਤਾਂ ਸ਼ੁਰੂ ਤੋਂ ਭਾਵਨਾ ਸੀਗੀ ਸੀਗੀ, ਪਰ ਉਹ ਯੂਨੀਵਰਸਿਟੀ ਦੇ ਟਾਈਮ ਦੇ ਉੱਤੇ ਉਹ ਬਹੁਤ ਜ਼ਿਆਦਾ ਉਹ ਭਾਵਨਾ ਹਾਵੀ ਹੋ ਗਈ। ਔਰ ਉਸ ਤੋਂ ਮਗਰੋਂ ਜਦੋਂ ਮੈਂ ਇੱਥੇ ਆ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਾਅ ਕੀਤਾ, ਉਦੋਂ ਵੀ ਇਹੀ ਓ ਫੀਲਿੰਗ ਸੀ ਹਮੇਸ਼ਾ ਕਿ ਕੁਛ ਨਾ ਕੁਛ ਸਮਾਜ ਵਾਸਤੇ ਵੀ ਕੀਤਾ ਜਾਵੇ। ਹਾਂ, ਆਪਣੀ ਜ਼ਿੰਦਗੀ ਤਾਂ ਹਰ ਕੋਈ ਬਣਾਉਣਾ ਚਾਹੁੰਦਾ, ਉਹਦੇ ਬਣਾਈ ਜਾਵੇ ਉਹ ਵੀ, ਅਤੇ ਪਰ ਨਾਲ ਦੀ ਨਾਲ ਕੁਛ ਨਾ ਕੁਛ ਸਮਾਜ ਵਾਸਤੇ ਵੀ ਕੀਤਾ ਜਾਵੇ। ਅਤੇ ਮੈਨੂੰ ਜਿੱਥੇ ਵੀ ਸ਼ੁਰੂ ਤੋਂ ਹੀ ਮੌਕਾ ਮਿਲਿਆ, ਚਾਹੇ ਉਹ ਯੂਨੀਵਰਸਿਟੀ ਲੁਧਿਆਣੇ ਸੀ, ਚਾਹੇ ਚੰਡੀਗੜ੍ਹ ਸੀ, ਅਤੇ ਚਾਹੇ ਮੇਰੀ ਲਾਅ ਪ੍ਰੈਕਟਿਸ ਦੇ ਵਿੱਚ ਦਿੱਲੀ ਸੀ, ਅਤੇ ਹਰ ਜਗ੍ਹਾ 'ਤੇ ਜਿੱਥੇ ਵੀ ਕਿਤੇ ਮੌਕਾ ਮਿਲਿਆ, ਤਾਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਕਿ ਮੈਂ ਆਪਣਾ ਰੋਲ ਨਿਭਾਵਾਂ, ਔਰ ਜਿੰਨਾ ਕੁ ਮੈਂ ਆਪਣਾ ਰੋਲ ਅਦਾ ਕਰ ਸਕਦਾ ਸਮਾਜ ਸੇਵਾ ਦਾ, ਤਾਂ ਮੈਂ ਕਰਾਂ। ਫੁਲਕਾ ਸਾਹਿਬ, ਜੈਸੇ ਨਿਸਵਾਰਥ ਜਿਹੜੇ ਲੋਕ ਕੰਮ ਕਰਦੇ ਉਹ ਆਪਣੇ ਕੰਮਾਂ ਦਾ ਕੋਈ ਰੌਲਾ ਜ਼ਿਆਦਾ ਨਹੀਂ ਪਾਉਂਦੇ, ਉਵੇਂ ਤੁਸੀਂ ਵੀ ਨਹੀਂ ਪਾ ਰਹੇ, ਪਰ ਫਿਰ ਵੀ ਸਾਡੀ ਇੱਛਾ ਇਹ ਹੈ ਵੀ ਤੁਸੀਂ ਆਪਣੇ ਮੂੰਹੋਂ ਲੋਕਾਂ ਨੂੰ ਦੱਸੋ, ਜਿਹਦੇ ਨਾਲ ਲੋਕ ਹੋਰ ਜਾਗਰੂਕ ਹੋਣ ਵੀ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ। ਦੇਖੋ, 1984 ਦੇ ਕਤਲੇਆਮ ਦੇ ਕੇਸਾਂ ਦੇ ਨਾਲ ਨਾਲ ਮੈਂ ਲੀਗਲ ਏਡ ਦਾ ਵੀ ਬੜਾ ਕੰਮ ਕੀਤਾ। ਮੈਂ ਮਿਸਿੰਗ ਚਿਲਡਰਨ ਦੇ ਉੱਤੇ ਅਤੇ ਬਚਪਨ ਬਚਾਓ ਅੰਦੋਲਨ ਦੇ ਨਾਲ ਮਿਲ ਕੇ ਜੋ ਲੜਕੀਆਂ ਨੂੰ ਚੁੱਕ ਕੇ ਲੈ ਜਾਂਦੇ ਨੇ ਉਹਨਾਂ ਦੇ ਵੀ ਬੜੇ ਕੇਸਿਸ ਕੀਤੇ ਆ, ਉਹਦੇ 'ਤੇ ਵੀ ਬਹੁਤ ਕੰਮ ਕੀਤਾ। ਅਤੇ ਨਾਲ ਦੀ ਨਾਲ ਨਾ ਪੰਜਾਬ ਵਿੱਚ ਪਿਛਲੇ 10 ਕੁ ਸਾਲ ਤੋਂ ਮੈਂ ਕਾਫੀ ਕੰਮ ਪੰਜਾਬ ਦੇ ਵਿੱਚ ਵੀ ਕੀਤਾ, ਅਤੇ ਕਿਉਂਕਿ ਪੰਜਾਬ ਦਾ ਦਰਦ ਦੇਖਿਆ ਨਹੀਂ ਜਾ ਰਿਹਾ, ਜੋ ਬੜਾ ਦੁੱਖ ਹੁੰਦਾ ਜੋ ਪੰਜਾਬ ਦੇ ਵਿੱਚ ਹਾਲਤ ਆ। ਪਹਿਲਾਂ 2006 ਦੇ ਵਿੱਚ ਅਸੀਂ
ਇੱਕ ਸ਼ੁਰੂ ਕੀਤੀ ਸੀ ਸਕੀਮ ਐਜੂਕੇਸ਼ਨ ਦੀ। ਮੈਂ ਆਪ ਪਿੰਡ ਦੇ ਸਰਕਾਰੀ ਸਕੂਲ 'ਚੋਂ ਹਾਂ ਅਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਪਿੰਡ ਦੇ ਸਰਕਾਰੀ ਸਕੂਲ ਦੇ ਬੱਚੇ ਕਿਸੇ ਚੰਗੇ ਕਾਲਜ ਦੇ ਵਿੱਚ ਕਿਸੇ ਚੰਗੇ ਕੋਰਸ ਦੇ ਵਿੱਚ ਐਡਮਿਸ਼ਨ ਨਹੀਂ ਲੈ ਸਕਦੇ, ਕਿਉਂਕਿ ਅੱਜ ਕੱਲ੍ਹ ਜਿੰਨੇ ਵੀ ਐਡਮਿਸ਼ਨ ਮਿਲਦੀ ਆ ਉਹ ਕੋਚਿੰਗ ਦੇ ਬੇਸ ਦੇ ਉੱਤੇ ਮਿਲਦੀ ਆ। ਤਾਂ ਅਸੀਂ ਦੋਸਤਾਂ ਨੇ ਇਕੱਠੇ ਹੋ ਕੇ ਇੱਕ ਟਰੱਸਟ ਬਣਾਇਆ, ਗਿਆਨ ਸੇਵਾ ਟਰੱਸਟ, ਅਤੇ ਅਸੀਂ ਟੌਪ ਦੀ ਫੈਕਲਟੀ ਨੂੰ ਪਹਿਲਾਂ ਦਿੱਲੀਓਂ ਹਾਇਰ ਕਰਕੇ ਪੰਜਾਬ ਲਿਆਉਣਾ ਸ਼ੁਰੂ ਕੀਤਾ, ਨਾਲੇ ਉਹਨਾਂ ਨੂੰ ਪਿੰਡਾਂ ਦੇ ਸਕੂਲਾਂ ਵਿੱਚ ਉਹਨਾਂ ਨੂੰ ਦੀ ਕੋਚਿੰਗ ਸ਼ੁਰੂ ਕੀਤੀ। ਉਸ ਤੋਂ ਮਗਰੋਂ ਐਜੂਸੈਟ ਪ੍ਰੋਗਰਾਮ ਸੀ ਇੱਥੇ ਪੰਜਾਬ ਸਰਕਾਰ ਨੇ ਸ਼ੁਰੂ ਕਰ ਦਿੱਤਾ, ਕ੍ਰਿਸ਼ਨ ਕੁਮਾਰ ਉਹਦੇ ਇੱਥੇ ਡਾਇਰੈਕਟਰ ਐਜੂਕੇਸ਼ਨ ਸੀ, ਡਾਕਟਰ ਜਨਰਲ ਐਜੂਕੇਸ਼ਨ, ਉਹਨਾਂ ਦੇ ਫਿਰ ਪੰਜਾਬ ਸਰਕਾਰ ਦੇ ਨਾਲ ਅਸੀਂ ਟਾਈਅਪ ਕਰਕੇ ਇਹ ਕ੍ਰੈਸ਼ ਕੋਰਸ ਇੱਥੇ 2 ਮਹੀਨੇ ਦਾ ਹਰ ਸਾਲ ਉਹ ਚਲਾਉਣਾ ਸ਼ੁਰੂ ਕੀਤਾ। ਪੰਜਾਬ ਸਰਕਾਰ ਨੂੰ ਅਸੀਂ ਫੈਕਲਟੀ ਫਰੀ ਦਿੰਦੇ ਸੀ, ਐਜੂਸੈਟ ਦਾ ਪ੍ਰੋਗਰਾਮ ਸਾਰਾ ਸਾਡੀ ਨਿਗਰਾਨੀ ਦੇ ਹੇਠ ਉਹ 2 ਮਹੀਨੇ ਚੱਲਦਾ ਸੀ। ਉਹ 2008 'ਚ ਸ਼ੁਰੂ ਹੋਇਆ ਸੀ ਅਤੇ ਉਹ ਤਕਰੀਬਨ 2013-14 ਤੋਂ 2014 ਦੀ ਜਨਵਰੀ ਤੱਕ ਉਹ ਪ੍ਰੋਗਰਾਮ ਚੱਲਿਆ ਅਤੇ ਉਦੋਂ 650 ਸਰਕਾਰੀ ਸਕੂਲਾਂ ਦੇ ਵਿੱਚ ਉਹ ਪ੍ਰੋਗਰਾਮ ਹੋ ਗਿਆ ਸੀ ਅਖੀਰ ਅਲਟੀ ਦੇ ਉੱਤੇ ਜਾ ਕੇ, ਅਤੇ ਹੁਣ ਇਹਨਾਂ ਨੇ ਉਹ ਡਿਸਕੰਟੀਨਿਊ ਕਰ ਦਿੱਤਾ, ਉਹ ਪ੍ਰੋਗਰਾਮ ਚੱਲ ਹੀ ਨਹੀਂ ਰਿਹਾ। ਇਸ ਤੋਂ ਇਲਾਵਾ ਇਹ 2010 ਦੇ ਵਿੱਚ ਜਦੋਂ ਮਤਲਬ ਕਿ ਮੈਂ ਆਮ ਤੌਰ 'ਤੇ ਪਿੰਡਾਂ ਵਿੱਚ ਜਾਂਦਾ ਸੀ, ਮੈਂ ਦੇਖਦਾ ਸੀ ਕਿ ਪਿੰਡ ਦੇ ਵਿੱਚ ਨਾ ਆਪਣੇ ਬੱਚੇ ਯੰਗ ਮੁੰਡੇ ਉਹ ਖੇਤਾਂ 'ਚ ਕੰਮ ਕਰਨਾ ਆਪਣੀ ਤੁਹੀਨ ਸਮਝਦੇ ਸੀ, ਔਰ ਬਈਆਂ ਨੂੰ ਲਿਆ ਲਿਆ ਕੇ, ਜੇਕਰ ਕੋਈ ਟਰੈਕਟਰ 'ਤੇ ਬੈਠਾ ਵੀ ਜਾਂਦਾ ਨਾ ਉਹ ਦੂਜੇ ਟਿਚਕਰਾਂ ਕਰਦੇ ਸੀ ਕਿ ਉਹ ਇਹ ਬਈਆ ਨਹੀਂ ਰੱਖ ਸਕਦਾ, ਮਤਲਬ ਇਹ ਗੱਲਾਂ ਸੁਣ ਕੇ ਬੜਾ ਦੁੱਖ ਹੁੰਦਾ ਸੀ। ਤੋ ਅਸੀਂ ਇੱਕ ਮੈਂ ਸਕੀਮ ਬਣਾਈ ਕਿ ਗੁਰੂ ਨਾਨਕ ਦਾ ਅਸੂਲ ਲੈ ਕੇ ਜਾਈਏ ਅਸੀਂ ਕਿਰਤ ਦਾ, ਕਿ ਗੁਰੂ ਨਾਨਕ ਨੇ ਕਿਰਤ ਨੂੰ ਸਭ ਤੋਂ ਉੱਪਰ ਸਮਝਿਆ, ਇੰਨਾ ਉੱਚਾ ਦਰਜਾ ਦਿੱਤਾ ਕਿਰਤ ਨੂੰ, ਅਤੇ ਅੱਜ ਕੱਲ੍ਹ ਸਾਡੇ ਬੱਚੇ ਉਸੇ ਕਿਰਤ ਕਰਨ ਨੂੰ ਆਪਣੀ ਤੁਹੀਨ ਸਮਝ ਰਹੇ ਆ। ਤੋ ਇੱਕ ਅਸੀਂ ਗੁਰੂ ਨਾਨਕ ਦੇਵ ਜੀ ਦੇ ਹਲ ਖੇਤਾਂ ਦੇ ਵਿੱਚ ਕੰਮ ਕਰਦੇ ਹੋਏ ਦੀ ਸਟਿੱਕਰ ਲਿਆ ਬਣਾਇਆ, ਉਹਦੇ ਉੱਤੇ ਲਿਖਿਆ ਜਿਹੜੇ ਹੱਥ ਨਾਲ ਕਰਦੇ ਕਾਰ ਦੁਨੀਆ 'ਤੇ ਹੁੰਦੇ ਪਾਰ, ਅਤੇ ਉਹ ਕੰਪੇਨ ਕਿਰਤ ਲਹਿਰ ਦੇ ਨਾਮ ਦੇ ਉੱਤੇ ਕੰਪੇਨ ਚਲਾਈ ਅਤੇ ਉਹਦੇ ਲੱਖਾਂ ਸਟਿੱਕਰ ਵੰਡੇ, ਔਰ ਕਈ ਉਹਦੇ 'ਚ ਸੈਮੀਨਾਰ, ਕਈ ਉਹਦੇ 'ਚ ਮੀਟਿੰਗਸ, ਜਗ੍ਹਾ ਜਗ੍ਹਾ 'ਤੇ ਸਕੂਲਾਂ ਦੇ ਉੱਤੇ ਜਾ ਕੇ ਕੰਪੇਨ ਉਹ ਚਲਾਈ, ਡਿਗਨਿਟੀ ਆਫ ਲੇਬਰ ਗੁਰੂ ਨਾਨਕ ਦਾ ਅਸੂਲ ਲੈ ਕੇ ਉਹ ਗਏ। ਫਿਰ ਉਸ ਤੋਂ ਬਾਅਦ ਕਿਉਂਕਿ ਕਿਸਾਨੀ ਦੀ ਜਿਹੜੀ ਆਮਦਨ ਬਹੁਤ ਜ਼ਿਆਦਾ ਘੱਟ ਰਹੀ ਸੀ ਅਤੇ ਖਰਚੇ ਵੱਧ ਰਹੇ ਆ, ਉਸ ਨੂੰ ਆਮਦਨ ਨੂੰ ਵਧਾਉਣ ਦੇ ਵਾਸਤੇ ਇੱਕ ਕੰਪੇਨ ਫਿਰ ਅਸੀਂ ਇੱਕ ਕਿਰਤ ਲਹਿਰ ਦੇ ਅੰਡਰ ਅਸੀਂ ਸ਼ੁਰੂ ਕੀਤੀ, ਫਾਰਮਰਸ ਕਮਿਸ਼ਨ ਪੰਜਾਬ ਦੇ ਨਾਲ ਟਾਈਅਪ ਕਰਕੇ, ਅਤੇ ਅਸੀਂ ਕਿ ਡਾਇਵਰਸੀਫਾਈਡ ਤਰੀਕੇ ਫਾਰਮਿੰਗ ਦੇ, ਉਹਦੇ ਵਿੱਚ ਕਮਿਊਨਿਟੀ ਫਾਰਮਿੰਗ ਨੂੰ ਅਸੀਂ ਵਿੱਚ ਲੈ ਕੇ ਆਏ ਕਿ ਇਕੱਠੇ ਹੋ ਕੇ ਤੁਸੀਂ ਕਰੋ, ਜਿਵੇਂ ਉਹ ਕਈ ਗਰੁੱਪ ਬਣਾ ਦਿੱਤੇ, ਉਹ ਗਰੁੱਪ ਆਪਣੇ ਫਾਰਮਰਸ ਦੇ ਇਕੱਠੇ ਬੀਜ ਲਿਆਉਂਦੇ ਆ, ਇਕੱਠੇ ਉਹ ਫਰਟੀਲਾਈਜ਼ਰ ਲੈ ਕੇ ਆਉਂਦੇ ਆ ਜਿਹੜੇ ਕਿ ਚੰਗੇ ਬੀਜ ਮਿਲਦੇ ਆ ਔਰ ਨਾਲੇ ਸਸਤੇ ਰੇਟ ਦੇ ਉੱਤੇ ਮਿਲਦੇ ਆ, ਫਿਰ ਉਸ ਤੋਂ ਬਾਅਦ ਜਾ ਕੇ ਉਹ ਆਪਣੀ ਜਿਨਸ ਸਿੱਧੀ ਮੰਡੀ 'ਚ ਨਹੀਂ ਸੁੱਟਦੇ, ਉਹਦੀ ਪ੍ਰੋਸੈਸਿੰਗ ਕਰਦੇ ਆ, ਪ੍ਰੋਸੈਸਿੰਗ ਕਰਕੇ ਤਾਂ ਕਿ ਉਹਨਾਂ ਕਮ ਸੇ ਕਮ ਡੇਢੀ ਇਨਕਮ ਬਣ ਸਕੇ, ਔਰ ਉਸ ਤਰ੍ਹਾਂ ਦੇ ਉਹ ਗਰੁੱਪ ਬਣਾਏ ਹੋਏ ਨੇ, ਔਰ ਕਮਿਊਨਿਟੀ ਫਾਰਮਿੰਗ ਦਾ ਸਿਸਟਮ, ਮਤਲਬ ਕਿ ਉਹ ਫਿਰੋਜ਼ਪੁਰ ਅਤੇ ਮੋਗੇ ਦੇ ਏਰੀਏ ਦੇ ਵਿੱਚ ਉਹ ਗਰੁੱਪ ਕਈ ਪਿੰਡਾਂ ਦੇ ਵਿੱਚ ਨੇ ਵੈਜੀਟੇਬਲ ਗਰੋਰਸ ਦੇ ਬਣਾਏ ਨੇ, ਅਤੇ ਉਹ ਈਵਨ ਵਰਲਡ ਬੈਂਕ ਦਾ ਡਾਇਰੈਕਟਰ ਵੀ ਇੱਥੇ ਆ ਕੇ ਜਿਹੜਾ ਸਾਡਾ ਇੱਕ ਸੈਂਟਰ ਆ ਫਿੱਡੇ ਪਿੰਡ ਦੇ ਵਿੱਚ ਉੱਥੇ ਵਿਜ਼ਿਟ ਕਰਕੇ ਦੇਖਣ ਲਈ ਆਇਆ। ਉਸ ਤੋਂ ਮਗਰੋਂ 2011 ਦੇ ਵਿੱਚ ਨਾ ਜਦੋਂ ਇੱਥੇ HEPC ਦੇ ਇਲੈਕਸ਼ਨ ਸੀ ਅਤੇ ਉਦੋਂ ਜੋ ਸਭ ਨੇ ਦੱਸਿਆ ਕਿ ਜੀ HEPC ਦੇ ਇਲੈਕਸ਼ਨ ਦੇ ਵਿੱਚ ਵੀ ਇੱਥੇ ਨਸ਼ੇ ਚੱਲਦੇ ਆ, ਅਸੀਂ ਇਹ 2008-09 ਦੇ ਵਿੱਚ ਨਾ ਇੱਕ ਡੀ ਅਡਿਕਸ਼ਨ ਸੈਂਟਰ ਦਾ ਸਰਵੇ ਕਰਵਾਇਆ ਸੀ, ਉੱਥੋਂ ਇਹ ਪਤਾ ਚੱਲਿਆ ਕਿ ਜ਼ਿਆਦਾਤਰ ਪੰਜਾਬ ਦੇ ਨੌਜਵਾਨ ਬੱਚੇ ਜਦੋਂ ਉਹਨਾਂ ਨੇ ਪਹਿਲੀ ਵਾਰੀ ਨਸ਼ਾ ਟੇਸਟ ਕੀਤਾ ਜਾਂ ਤਾਂ ਉਹ ਇਲੈਕਸ਼ਨ ਦੇ ਵਿੱਚ ਕੀਤਾ ਅਤੇ ਜਾਂ ਉਹ ਕਿਸੇ ਵਿਆਹ ਸ਼ਾਦੀ ਦੇ ਉੱਤੇ, ਉਸ ਤੋਂ ਮਗਰੋਂ ਫਿਰ ਹੌਲੀ ਹੌਲੀ ਲੱਤ ਉਹਨਾਂ ਨੂੰ ਪਈ, ਅਤੇ ਜੋ ਅਸੀਂ ਕਿਹਾ ਵੀ ਇਲੈਕਸ਼ਨ ਦੇ ਵਿੱਚ ਉਹ ਵੀ HEPC ਦੇ ਇਲੈਕਸ਼ਨ ਦੇ ਵਿੱਚ ਨਸ਼ੇ ਚੱਲਣ, ਇਸ ਤੋਂ ਜ਼ਿਆਦਾ ਹੋਰ ਕੋਈ ਸ਼ਰਮ ਦੀ ਗੱਲ ਨਹੀਂ ਹੋ ਸਕਦੀ। ਅਤੇ ਉਹ ਮੈਂ ਇੱਥੇ ਜੋ ਪੰਜਾਬ ਸਭ ਨੂੰ ਕਿਹਾ ਵੀ ਤੁਸੀਂ ਆਪਣੀ ਇੱਕ ਕੰਪੇਨ ਖੜੀ ਕਰੋ, ਇੱਕ ਇਹਨੂੰ ਕੰਪੇਨ ਨੂੰ ਚਲਾਓ, ਅਤੇ ਮੈਨੂੰ ਇੱਥੇ ਸਭ ਨੇ ਕਿਹਾ ਕਿ ਜੀ ਗਰੁੱਪ ਸਾਰੇ ਲਹਿਦਾ ਲਹਿਦਾ ਬੈਠੇ ਨੇ ਵੀ ਜਾਂ ਤਾਂ ਤੁਸੀਂ ਆ ਜਾਓ, ਆ ਕੇ ਇਹਨੂੰ ਕੰਪੇਨ ਨੂੰ ਅੱਗੇ ਲੈ ਕੇ ਚਲਾਓ, ਸਾਰੇ ਇਕੱਠੇ ਹੋ ਜਾਣਗੇ। ਮੈਂ 2 ਕੁ ਮਹੀਨੇ ਆ ਕੇ ਫਿਰ ਪੰਜਾਬ ਲਗਾਏ, ਇਹ 2011 ਦੀ ਗੱਲ ਆ, ਔਰ ਅਸੀਂ ਸਿੱਖ ਸੰਸਥਾਵਾਂ ਨੂੰ ਇਕੱਠੇ ਕੀਤਾ, ਅਖੀਰ 'ਤੇ 45 ਸਿੱਖ ਸੰਸਥਾਵਾਂ ਇਕੱਠੀਆਂ ਹੋਈਆਂ ਅਤੇ ਪੰਥਕ ਤਾਲਮੇਲ ਕਮੇਟੀ ਦੇ ਨਾਮ ਦੀ ਅਸੀਂ ਬੋਡੀ ਬਣਾਈ। ਉਹ ਉਦੋਂ ਅਸੀਂ ਡਰੱਗਜ਼ ਦੇ ਅਗੇਂਸਟ ਕੰਪੇਨ ਲੈ ਕੇ ਚੱਲੇ, ਅੱਜ ਵੀ ਉਹ ਪੰਥਕ ਤਾਲਮੇਲ ਕਮੇਟੀ ਅੱਜ ਵੀ ਚੱਲ ਰਹੀ ਹੈ, ਗਿਆਨੀ ਕੇਵਲ ਸਿੰਘ ਹੋਰੀ ਉਹਦੇ ਕਨਵੀਨਰ ਨੇ,
ਉਹ ਅਜੇ ਵੀ ਬਾਕੀ ਦੂਜੇ ਧਾਰਮਿਕ ਕੰਮਾਂ ਦੇ ਉੱਤੇ ਉਹ ਕਾਫੀ ਕੰਮ ਕਰ ਰਹੇ ਨੇ। ਉਸ ਤੋਂ ਮਗਰੋਂ ਜੋ 2012 'ਚ ਅਸੈਂਬਲੀ ਦੇ ਇਲੈਕਸ਼ਨ ਸੀ, ਉਦੋਂ ਅਸੈਂਬਲੀ ਦੇ ਇਲੈਕਸ਼ਨ ਦੇ ਵਿੱਚ 5 ਹਫ਼ਤੇ ਉਦੋਂ ਕੰਪੇਨ ਸੀ, ਬੜੀ ਲੰਬੀ ਕੰਪੇਨ ਸੀ। ਉਦੋਂ ਅਸੀਂ ਕਿਹਾ ਜੇਕਰ ਇਹ ਨਸ਼ੇ ਅਤੇ ਸ਼ਰਾਬ ਇਹ 5 ਹਫ਼ਤੇ ਇਹਨਾਂ ਨੇ ਕਿਸੇ ਬੱਚੇ ਨੂੰ ਦੇ ਦਿੱਤੀ ਤਾਂ ਉਹ ਤਾਂ ਸਮਝੋ ਗਿਆ ਇਸ ਕੰਮੋਂ, ਉਹ ਤਾਂ ਬਿਲਕੁਲ ਲਗਾਤਾਰ ਉਹਨੂੰ ਲੱਤ ਪੈ ਜਾਏਗੀ। ਉਸ ਤੋਂ ਉਸ ਬਾਅਦ ਅਸੀਂ ਇੱਕ ਹੋਰ ਗਰੁੱਪ ਬਣਾਇਆ, ਕਿਉਂਕਿ ਉਹ ਜਨਰਲ ਇਲੈਕਸ਼ਨ ਸੀ, ਉਹ ਇਕੱਲੇ ਸਿੱਖਾਂ ਦਾ ਗਰੁੱਪ ਨਹੀਂ ਸੀ ਹੋ ਸਕਦਾ, ਸਾਰਿਆਂ ਦਾ ਗਰੁੱਪ ਬਣਨਾ ਚਾਹੀਦਾ ਸੀ। ਤੋ ਜਸਟਿਸ ਕੁਲਦੀਪ, ਜਸਟਿਸ ਰਜਿੰਦਰ ਸੱਚਰ ਨੂੰ ਅਤੇ ਕੁਲਦੀਪ ਨਈਅਰ ਨੂੰ ਮੈਂ ਨਾਲ ਲਿਆ, ਅਸੀਂ ਇੱਕ ਬਣਾਇਆ ਗਰੁੱਪ, ਉਹਦਾ ਨਾਮ ਰੱਖਿਆ ਸਿਵਲ ਸੁਸਾਇਟੀ ਅਗੇਂਸਟ ਡਰੱਗਸ, ਕੈਡ ਪੰਜਾਬ ਦੇ ਨਾਮ ਦੇ ਉੱਤੇ। ਇਲੈਕਸ਼ਨ ਕਮਿਸ਼ਨ ਦੇ ਨਾਲ ਜਾ ਕੇ ਅਸੀਂ ਟਾਈਅਪ ਕੀਤਾ, ਇਲੈਕਸ਼ਨ ਕਮਿਸ਼ਨ ਨੇ ਪੂਰਾ ਅਸ਼ਵਾਸਨ ਦਿੱਤਾ ਕਿ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਕੰਪੇਨ ਚਲਾਓ। 800 ਕਿਲੋਮੀਟਰ ਦਾ ਮਾਰਚ ਮੈਂ ਖੁਦ ਇੱਥੇ ਪੰਜਾਬ ਦੇ ਵਿੱਚ ਨਿਕਾਲਿਆ, ਅੰਮ੍ਰਿਤਸਰ ਤੋਂ ਅਸੀਂ ਸ਼ੁਰੂ ਕੀਤਾ ਸੀ, ਮਕਬੂਲਪੁਰਾ ਇਲਾਕਾ ਜਿੱਥੇ ਕਿ ਸਾਰੇ ਪੰਜਾਬ ਦੇ ਵਿੱਚ ਪਹਿਲਾਂ, ਅੱਜ ਤਾਂ ਪੰਜਾਬ ਦੇ ਪਿੰਡ ਪਿੰਡ 'ਚੋਂ ਹਾਲ ਹੋ ਗਿਆ, ਪਰ ਪਹਿਲਾਂ ਮਕਬੂਲਪੁਰਾ ਇਲਾਕਾ ਉੱਥੇ ਐਸਾ ਸੀ, ਹਰ ਘਰ ਦੇ ਵਿੱਚ ਉੱਥੇ ਡਰੱਗ ਅਡਿਕਟ ਆ। ਉੱਥੋਂ ਅਸੀਂ ਸ਼ੁਰੂ ਕੀਤਾ ਸੀ, ਉੱਥੋਂ ਅੰਮ੍ਰਿਤਸਰ ਤੋਂ ਚੱਲ ਕੇ ਤਰਨ ਤਾਰਨ, ਖਡੂਰ ਸਾਹਿਬ, ਮੱਖੂ, ਜੀਰਾ, ਤਰਵੰਡੀ ਭਾਈ, ਫਿਰੋਜ਼ਪੁਰ, ਮੁਕਤਸਰ, ਕੋਟਕਪੂਰਾ, ਫਰੀਦਕੋਟ, ਮੁਦਕੀ, ਬਾਘਾ ਪੁਰਾਣਾ, ਮੋਗਾ, ਅਤੇ ਉਦੋਂ ਬਾਅਦ ਜਗਰਾਓਂ, ਮੁੱਲਾਂਪੁਰ ਅਤੇ ਲੁਧਿਆਣਾ। ਬਲਕਿ ਉਹ ਮੈਨੂੰ ਅਜੇ ਵੀ ਲੁਧਿਆਣੇ ਵਾਲੇ ਨੂੰ, ਸਾਰੇ ਮੀਡੀਆ ਨੂੰ ਜ਼ਿਆਦਾ, ਕਿ ਪੂਰਾ ਮੀਂਹ ਪੈ ਰਿਹਾ ਸੀ ਉਦੋਂ ਜਨਵਰੀ ਦੇ ਦਿਨਾਂ ਦੇ ਵਿੱਚ, ਔਰ ਮੀਂਹ ਪੈਂਦੇ ਦੇ ਵਿੱਚ ਹੀ ਅਸੀਂ ਉਹ ਇੱਥੇ ਲੁਧਿਆਣੇ ਉਹ ਮਾਰਚ ਨਿਕਾਲਿਆ ਸੀ। ਉਸ ਤੋਂ ਬਾਅਦ ਜਲੰਧਰ, ਬੰਗਾ, ਨਵਾਂਸ਼ਹਿਰ, ਫਿਰ ਅਸੀਂ ਉੱਧਰ ਅਨੰਦਪੁਰ ਸਾਹਿਬ, ਅਤੇ ਉੱਥੋਂ ਰੋਪੜ, ਅਤੇ ਇੱਧਰ ਕੁਰਾਲੀ, ਕੁਰਾਲੀ ਦੇ ਵਿੱਚ ਮੋਹਾਲੀ ਹੋ ਕੇ, ਅਤੇ ਫਿਰ ਚੰਡੀਗੜ੍ਹ ਇਲੈਕਸ਼ਨ ਕਮਿਸ਼ਨ ਵਾਕੇ ਰਿਪ੍ਰੈਜੈਂਟੇਸ਼ਨ ਦਿੱਤੀ ਸੀ। ਨਾਲ ਨਾਲ 13 ਜ਼ਿਲ੍ਹੇ ਅਸੀਂ ਕਵਰ ਕੀਤੇ ਸੀ। ਨਾਲ ਨਾਲ ਮੈਂ ਇੱਕ ਹੋਟਲਾਈਨ ਨੰਬਰ ਦਿੱਤਾ, ਕਿਉਂਕਿ ਮੈਨੂੰ ਮੀਡੀਆ ਵਾਲੇ ਨੇ ਕਿਹਾ ਕਿ ਜੀ ਲੋਕ ਕੰਪਲੇਂਟ ਕਰਨ ਨੂੰ ਤਿਆਰ ਆ, ਪਰ ਉਹਨਾਂ ਨੂੰ ਸਰਕਾਰੀ ਜੋ ਅਦਾਰਿਆਂ ਦੇ ਉੱਤੇ ਵਿਸ਼ਵਾਸ ਨਹੀਂ, ਤੁਸੀਂ ਆਪਣਾ ਨੰਬਰ ਦੇ ਦਿਓ ਤਾਂ ਲੋਕ ਵੀ ਤੁਹਾਨੂੰ ਕੰਪਲੇਂਟ ਕਰਨਗੇ, ਅਸੀਂ ਵੀ ਕਰਨਗੇ, ਕਿ ਉਹਨਾਂ ਨੂੰ ਡਰ ਆ ਕਿ ਸਾਡਾ ਨਾਮ ਇਹ ਕਿਤੇ ਜਾ ਕੇ ਉਹਨਾਂ ਨੂੰ ਦੱਸਣਾ ਦੇਣ ਜਿਹੜੇ ਸ਼ਰਾਬਾ ਵੱਢਣ ਵਾਲੇ ਆ। ਤਾਂ ਮੈਂ ਫਿਰ ਆਪਣਾ ਇੱਕ ਸਪੈਸ਼ਲ ਨੰਬਰ ਦਿੱਤਾ ਸੀ ਹੋਟਲਾਈਨ, ਜਿਹੜੀ 24 ਘੰਟੇ ਚੱਲਦੀ ਸੀ, ਔਰ ਉੱਥੇ ਇੰਨਾ ਕੁ ਰਿਸਪੋਂਸ ਆਇਆ, ਇੰਨੀਆਂ ਕੁ ਕੰਪਲੇਂਟਸ ਆਈਆਂ, 100 ਤੋਂ ਉੱਪਰ ਰੇਟ ਅਸੀਂ ਕਰਵਾਏ ਇਲੈਕਸ਼ਨ ਕਮਿਸ਼ਨ ਦੇ ਰਾਹੀਂ ਉਹ ਉਹਨਾਂ ਦਿਨਾਂ ਦੇ ਵਿੱਚ। ਉਹ ਕੰਪੇਨ ਵੀ ਨੂੰ ਬੜਾ ਰਿਸਪੋਂਸ ਮਿਲਿਆ, ਬੜੀ ਲੈ ਕੇ ਚੱਲੀ, ਅਤੇ ਇਸ ਤਰ੍ਹਾਂ ਮਤਲਬ ਕਿ ਹੋਰ ਵੀ ਇਸ ਤੋਂ ਇਲਾਵਾ ਵੀ ਬਹੁਤ ਨੇ ਜਿੱਥੇ ਵੀ ਕਦੇ ਮੌਕਾ ਮਿਲਦਾ ਸੀ। ਔਰ ਮੈਨੂੰ ਇਹ ਲੱਗਦਾ ਸੀ ਕਿ ਜੇ ਮੈਨੂੰ ਵਾਹਿਗੁਰੂ ਨੇ ਅੱਜ ਇੰਨੀ ਮਿਹਰ ਕੀਤੀ, ਇੰਨਾ ਰੁਤਬਾ ਦਿੱਤਾ, ਇੱਕ ਪਿੰਡ ਦੇ ਸਰਕਾਰੀ ਸਕੂਲ 'ਚੋਂ ਚੁੱਕ ਕੇ ਲਿਆ ਕੇ ਸੁਪਰੀਮ ਕੋਰਟ ਦਾ ਸੀਨੀਅਰ ਐਡਵੋਕੇਟ ਬਣਾ ਕੇ ਬਿਠਾਇਆ, ਔਰ ਮੇਰੀ ਥੋੜ੍ਹੀ ਜਿਹੀ ਮਦਦ ਦੇ ਨਾਲ ਕੋਈ ਇਸ਼ੂ ਖੜ੍ਹਾ ਹੋ ਸਕਦਾ, ਕੌਮ ਦਾ ਫਾਇਦਾ ਹੋ ਸਕਦਾ, ਪੰਜਾਬ ਦਾ ਫਾਇਦਾ ਕੋਈ ਹੋ ਸਕਦਾ, ਤਾਂ ਅਸੀਂ ਕਿਉਂ ਨਾ ਕਰੀਏ। ਔਰ ਇਸੇ ਜਜ਼ਬੇ ਲੈ ਕੇ ਹੋਰ ਵੀ, ਇਹਦੇ ਇਲਾਵਾ ਹੋਰ ਵੀ ਕਈ ਪ੍ਰੋਜੈਕਟ ਨੇ ਜਿਹਦੇ 'ਚ ਮੈਂ ਕੰਮ ਕੀਤਾ। ਪਿੱਛੇ ਹੋਰ ਝਾਤ ਪਾਈਏ ਤਾਂ 1972 ਦੇ ਵਿੱਚ ਮੋਗੇ ਦੇ ਵਿੱਚ ਰੀਗਲ ਸਿਨੇਮਾ ਦੇ ਵਿੱਚ ਇੱਕ ਗੋਲੀਕਾਂਡ ਹੋਇਆ ਸੀ। ਉਸ ਵੇਲੇ ਭਲੇ ਮੈਂ ਛੋਟਾ ਸੀ, ਪਰ ਇੱਕ ਇੰਟਰਵਿਊ ਦੇ ਵਿੱਚ ਮੈਂ ਸੁਣਿਆ ਸੀ ਵੀ ਉਹਦੇ ਵਿੱਚ ਤੁਸੀਂ ਨਿਸਵਾਰਥ ਬਹੁਤ ਅੱਗੇ ਵੱਧ ਕੇ ਕੰਮ ਕੀਤਾ, ਉਹਦੇ ਬਾਰੇ ਵੀ ਸਾਡੇ ਥੋੜ੍ਹਾ ਦਰਸ਼ਕ ਜਾਣਨਾ ਚਾਹਣਗੇ। ਮੈਂ 1972 'ਚ ਜਦੋਂ ਇਹ ਮੋਗਾ ਐਜੀਟੇਸ਼ਨ ਹੋਈ, ਬਹੁਤ ਵੱਡੀ ਪੰਜਾਬ ਦੇ ਵਿੱਚ ਐਜੀਟੇਸ਼ਨ ਸੀ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਅੱਜ ਤੱਕ ਕੋਈ ਸਟੂਡੈਂਟ ਐਜੀਟੇਸ਼ਨ ਉਸ ਲੈਵਲ ਦੀ ਹੋਈ ਹੋਏਗੀ ਜਿਸ ਲੈਵਲ ਦੀ ਇਹ ਮੋਗਾ ਐਜੀਟੇਸ਼ਨ 1972 'ਚ ਹੋਈ। ਮੈਨੂੰ ਅਜੇ ਮੈਂ ਫਸਟ ਈਅਰ 'ਚ ਸੀ ਯੂਨੀਵਰਸਿਟੀ ਦੇ ਵਿੱਚ ਉਦੋਂ, ਅਤੇ ਉਸ ਟਾਈਮ ਦੇ ਉੱਤੇ ਮੈਂ ਇਹਦੇ 'ਚ ਬੜਾ ਐਕਟਿਵਲੀ ਪਾਰਟੀਸਪੇਟ ਕੀਤਾ, ਅਤੇ ਮੈਂ ਉਦੋਂ ਜੇਲ੍ਹ ਵੀ ਗਿਆ, ਔਰ ਉਸ ਟਾਈਮ ਹੁਣ ਵੀ ਮੈਨੂੰ ਕਈ ਲੋਕ ਮਿਲਦੇ ਨੇ ਮੇਰੇ ਨਾਲ, ਕਈ ਸਟੂਡੈਂਟਸ ਉੱਥੋਂ ਐਗਰੀਕਲਚਰ ਯੂਨੀਵਰਸਿਟੀ ਦੇ ਵੀ, ਗੌਰਮੈਂਟ ਕਾਲਜ ਦੇ ਵੀ, ਇੰਜੀਨੀਅਰਿੰਗ ਕਾਲਜ ਦੇ ਵੀ, ਅਤੇ ਇਸ ਤਰ੍ਹਾਂ ਕਰਕੇ ਆਸੇ ਪਾਸੇ ਮੈਨੂੰ ਹੁਣ ਪਿੱਛੇ ਜੇ ਇੱਕ ਸਟੂਡੈਂਟ ਕੋਈ ਮਿਲੇ ਜਗਰਾਓਂ ਤੋਂ, ਉਹਨਾਂ ਨੂੰ ਵੀ ਉਦੋਂ ਅਰੈਸਟ ਕਰਕੇ ਲਿਆ ਕੇ ਲੁਧਿਆਣੇ ਜੇਲ੍ਹ ਵਿੱਚ ਰੱਖਿਆ ਸੀ, ਅਤੇ ਉਦੋਂ ਮੈਂ ਇਸ ਵਾਸਤੇ ਜੇਲ੍ਹ ਵੀ ਗਿਆ ਸੀ। ਜੇ ਅਸੀਂ ਗੱਲ ਕਰੀਏ, ਤੁਸੀਂ ਚਰਚਾ ਦੇ ਵਿੱਚ ਜ਼ਿਆਦਾ ਆਏ 1984 ਦੇ ਕਤਲੇਆਮ ਜੋ ਹੋਇਆ, ਸਿੱਖਾਂ ਦੇ ਹੱਕ ਦੇ ਵਿੱਚ ਤੁਸੀਂ ਖੜ੍ਹੇ ਹੋ, ਜੋ ਉੱਥੇ ਕਤਲੇਆਮ ਹੋਇਆ, ਤੁਸੀਂ ਉਹਨਾਂ ਕਾਤਲਾਂ ਨੂੰ ਸਜ਼ਾ ਦਿਵਾਉਣ ਦੇ ਲਈ ਤੁਸੀਂ ਸਿੱਖਾਂ ਦੇ ਹੱਕ 'ਚ ਖੜ੍ਹੇ ਹੋਏ। ਅਸੀਂ ਇਹ ਜਾਣਨਾ ਚਾਹੋਗੇ ਕਿ ਇਹ ਲੜਾਈ ਇੱਕ ਵਕੀਲ ਦੀ ਹੈ ਜਾਂ ਇੱਕ ਸਿੱਖ ਵਕੀਲ ਦੀ ਹੈ ਜਾਂ ਇੱਕ ਇਨਸਾਫ ਪਸੰਦ ਆਦਮੀ ਦੀ ਹੈ? ਦੇਖੋ, ਮੈਂ ਤਾਂ ਤੁਹਾਨੂੰ ਇਹ ਕਹਾਂਗਾ, ਜਦੋਂ ਇਹ ਲੜਾਈ ਦੇ ਵਿੱਚ ਪਏ ਸੀ
ਉਦੋਂ ਕੋਈ ਬਹੁਤਾ ਸੋਚ ਵਿਚਾਰ ਕਰਕੇ ਨਹੀਂ ਸੀ ਪਏ ਜੀ ਕਿ ਉਦੋਂ ਤਾਂ ਬਸ ਇਹੀ ਸੀ ਸਭ ਤੋਂ ਪਹਿਲਾਂ ਤਾਂ ਗੁੱਸਾ ਬੜਾ ਸੀ ਕਿ ਇਹ ਕਿਵੇਂ ਹੋ ਸਕਦਾ ਸਾਡੇ ਆਪਣੇ ਦੇਸ਼ ਵਿੱਚ ਸਾਡੇ ਨਾਲ ਕਿਵੇਂ ਹੋ ਸਕਦਾ ਉਸ ਗੱਲ ਦਾ ਗੁੱਸਾ ਅਤੇ ਉਦੋਂ ਜਦੋਂ ਲੜਾਈ ਸ਼ੁਰੂ ਕੀਤੀ ਉਹ ਤਾਂ ਉਹੀਓ ਕਰਕੇ ਕੀਤੀ ਕਿ ਇਸ ਦਾ ਅਸੀਂ ਹਰ ਹਾਲ ਦੇ ਵਿੱਚ ਇਸ ਇਨਸਾਫ ਲੈਣਾ ਪਰ ਜਦੋਂ ਮੈਂ ਇਹ ਲੜਾਈ ਪੂਰੀ ਦੀ ਪੂਰੀ ਮਤਲਬ ਕਿ ਚਾਲੂ ਰੱਖੀ ਜਦੋਂ ਰੱਖੀ ਔਰ ਜਿੰਨਾ ਜਿੰਨਾ ਲੋਕਾਂ ਦੇ ਨਾਲ ਮੇਰਾ ਇਸ ਦੇ ਵਿੱਚ ਵਾਹ ਪਿਆ ਉਹ ਐਸੇ ਇਸ ਤਰ੍ਹਾਂ ਦੇ ਲੋਕ ਸੀ ਜਸਟਿਸ ਤਾਰਕੁੰਡੇ ਵਰਗੇ ਜਿਹੜੇ ਰੱਬ ਵਿੱਚ ਵਿਸ਼ਵਾਸ ਨਹੀਂ ਸੀ ਕਰਦੇ ਪਰ ਇਨਸਾਨੀਅਤ ਦੇ ਵਿੱਚ ਵਿਸ਼ਵਾਸ ਕਰਦੇ ਸੀ ਉਹਨਾਂ ਲੋਕਾਂ ਨੂੰ ਮੈਂ ਦੇਖਿਆ ਰੱਬ ਨੂੰ ਮੰਨਣ ਵਾਲੇ ਲੋਕਾਂ ਦੇ ਨਾਲੋਂ ਕਿਤੇ ਜ਼ਿਆਦਾ ਚੰਗੇ ਉਹ ਲੋਕ ਸੀਗੇ ਉਹਨਾਂ ਦਾ ਇੰਨਾ ਮੇਰੇ ਜ਼ਿੰਦਗੀ ਦੇ ਉੱਤੇ ਅਸਰ ਹੋਇਆ ਅਤੇ ਕਿਉਂਕਿ ਉਦੋਂ ਬਾਅਦ ਮੈਂ ਇਸ ਲੜਾਈ ਨੂੰ ਇੱਕ ਇਨਸਾਨੀਅਤ ਦੇ ਤੌਰ ਦੇ ਉੱਤੇ ਸਭ ਤੋਂ ਉੱਚੀ ਲੜਾਈ ਇਹ ਰੱਖ ਕੇ ਕਿ ਅਸੀਂ ਜੇ ਮਨੁੱਖਤਾ ਹੈ ਸਭ ਤੋਂ ਉੱਪਰ ਆ ਔਰ ਦੂਸਰੀ ਗੱਲ ਮੈਂ ਹਮੇਸ਼ਾ ਜੋ ਹਰ ਟੀ ਵੀ ਇੰਟਰਵਿਊ ਦੇ ਉੱਤੇ ਕਹਿਣਾ ਹੁੰਦਾ ਕਿ ਅਸੀਂ ਇਹ ਲੜਾਈ ਲੜ ਰਹੇ ਹਾਂ ਕਿ ਦੇਸ਼ ਦਾ ਕਾਨੂੰਨ ਸਭ ਤੋਂ ਉੱਪਰ ਆ ਔਰ ਦੇਸ਼ ਦੇ ਕਾਨੂੰਨ ਦੇ ਅੰਡਰ ਸਾਰੇ ਹਨ ਔਰ ਇਹ ਨਾ ਕੋਈ ਸੋਚੇ ਕਿ ਕੋਈ ਪੋਲੀਟੀਕਲ ਲੀਡਰ ਅੱਜ ਪਾਵਰ ਵਿੱਚ ਆ ਅਤੇ ਉਹ ਕਾਨੂੰਨ ਤੋਂ ਉੱਪਰ ਆ ਇਸੇ ਕਰਕੇ ਇਸੇ ਮੈਸੇਜ ਨੂੰ ਲੈ ਕੇ ਇਹ ਲੜਾਈ ਇੰਨੀ ਲੰਬੀ ਲੜੀ ਔਰ ਇਸੇ ਨੂੰ ਲੈ ਕੇ ਅੱਗੇ ਲੜਦੇ ਆ ਰਹੇ ਹਾਂ ਕਿਉਂਕਿ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਅਗਰ ਜੇ 1984 ਦੇ ਕਾਤਲਾਂ ਨੂੰ ਸਜ਼ਾ ਮਿਲ ਜਾਂਦੀ ਤਾਂ ਸਾਨੂੰ ਇਹ ਮੁੰਬਈ ਦੇ ਵਿੱਚ 1993 'ਚ ਹੋਇਆ ਉਹ ਨਹੀਂ ਦੇਖਣਾ ਪੈਣਾ ਅਤੇ 2002 ਦੇ ਵਿੱਚ ਜੋ ਗੁਜਰਾਤ 'ਚ ਹੋਇਆ ਉਹ ਨਹੀਂ ਦੇਖਣਾ ਪੈਣਾ ਔਰ ਜੋ ਅੱਜ ਕੱਲ੍ਹ ਵੀ ਹੋ ਰਿਹਾ ਜਗ੍ਹਾ ਜਗ੍ਹਾ 'ਤੇ ਫਿਰਕਾ ਪ੍ਰਸਤੀ ਕਦੇ ਮੁਸਲਮਾਨਾਂ ਨੂੰ ਕਦੇ ਕ੍ਰਿਸਚਨਾਂ ਨੂੰ ਕਦੇ ਦਲਿਤਾਂ ਨੂੰ ਔਰ ਜਿਸ ਇਸ ਤਰ੍ਹਾਂ ਕਰਕੇ ਅਤੇ ਮੈਂ ਇੱਕ ਇਹ ਆਪਣੇ ਕਈ ਆਰਟੀਕਲ ਦੇ ਵਿੱਚ ਲਿਖਿਆ ਵੀ ਇਹ ਨਾ ਸੋਚੋ ਕਿ ਜੇਕਰ ਇਹ ਮੈਸੇਜ ਜਾਂਦਾ ਰਿਹਾ ਮੌਬ ਫ੍ਰੈਂਚੀ ਦੇ ਵਿੱਚ ਤੁਸੀਂ ਕੋਈ ਵੀ ਜੁਰਮ ਕਰਦੇ ਹੋ ਤਾਂ ਤੁਸੀਂ ਬਿਲਕੁਲ ਸਕੋਟ ਫਰੀ ਜਾਓਗੇ ਤੁਹਾਨੂੰ ਕੋਈ ਟੱਚ ਨਹੀਂ ਕਰ ਸਕਦਾ ਕੋਈ ਪਾਵਰਫੁਲ ਪੋਲੀਟੀਸ਼ੀਅਨ ਨੇ ਕਹਿ ਦਿੱਤਾ ਕਿ ਜਾਓ ਇਕੱਠੇ ਹੋ ਕੇ ਜਾ ਕੇ ਉੱਥੇ ਲੁੱਟ ਲਓ ਉਹਦੀਆਂ ਧੀਆਂ ਭਾਣਾਂ ਦੀ ਇੱਜ਼ਤ ਲੁੱਟ ਲਓ ਉਹਨਾਂ ਦੇ ਘਰ ਲੁੱਟ ਲਓ ਅਤੇ ਤੁਹਾਨੂੰ ਕੋਈ ਕੁਛ ਨਹੀਂ ਕਹੇਗਾ ਨਾ ਜਿੰਨੀ ਦੇਰ ਕਾਨੂੰਨ ਦਾ ਖੌਫ ਦਿਲ ਵਿੱਚ ਮਨ ਵਿੱਚ ਨਹੀਂ ਬੈਠਦਾ ਉਨੀ ਦੇਰ ਇੱਥੇ ਕੋਈ ਵੀ ਸੇਫ ਨਹੀਂ ਇਹ ਗੱਲ ਸਿਰਫ ਮਨੋਰਟੀਜ਼ ਦੀ ਨਹੀਂ ਹੈ ਇੱਥੇ ਮਜੋਰਟੀ ਤੋਂ ਵੀ ਕੋਈ ਨਹੀਂ ਕੋਈ ਸੇਫ ਨਹੀਂ ਇਹ ਗੱਲ ਬਹੁਤ ਜ਼ਰੂਰੀ ਕਨਵੇ ਹੋਣੀ ਚਾਹੀਦੀ ਆ ਕਿ ਕਾਨੂੰਨ ਦਾ ਖੌਫ ਮਨ ਵਿੱਚ ਹੋਵੇ ਅਤੇ ਨਾਲੇ ਇਹ ਮੈਸੇਜ ਹੋਵੇ ਕਿ ਇੱਥੇ ਕਾਨੂੰਨ ਤੋਂ ਉੱਪਰ ਕੋਈ ਨਹੀਂ ਔਰ ਜੋ ਵੀ ਇਨਸਾਨ ਹੈ ਉਹ ਕਾਨੂੰਨ ਦੇ ਤਹਿਤ ਆ ਚਾਹੇ ਉਹ ਲੀਡਰ ਆ ਚਾਹੇ ਉਹ ਮਿਨਿਸਟਰ ਆ ਚਾਹੇ ਜਿਸ ਮਰਜ਼ੀ ਪਦਵੀ 'ਤੇ ਆ ਇਹੀ ਸਮਾਜ ਸੇਵਾ ਦਾ ਜਜ਼ਬਾ ਸੀ ਜਿਹੜਾ ਤੁਹਾਨੂੰ ਰਾਜਨੀਤੀ 'ਚ ਲੈ ਕੇ ਆਇਆ ਦੇਖੋ ਗੱਲ ਉਹੀ ਹੋਈ ਇਹ ਜਿਹੜੀ ਪਾਰਟੀ ਆਈ ਨਾ ਕਦੇ ਸੋਚਿਆ ਨਹੀਂ ਸੀ ਪਹਿਲਾਂ ਇਹ ਜਿਹੜੀ ਪਾਰਟੀ ਆਈ ਉਹ ਵੀ ਮੇਰੇ ਵਰਗੇ ਸਮਾਜ ਸੇਵੀ ਸੀ ਜ਼ਿਆਦਾਤਰ ਉਹ ਸੋਸ਼ਲ ਐਕਟੀਵਿਜ਼ਮ ਕਰ ਰਹੇ ਸੀ ਜਦੋਂ ਉਹਨਾਂ ਨੇ ਦੂਜੀਆਂ ਪਾਰਟੀਆਂ ਨੂੰ ਚੈਲੇਂਜ ਕੀਤਾ ਕਿ ਪੋਲੀਟਿਕਸ ਸੌਖੀ ਨਹੀਂ ਜੇ ਤੁਸੀਂ ਕੁਛ ਕਰਨਾ ਚਾਹੁੰਦੇ ਤਾਂ ਪੋਲੀਟਿਕਸ 'ਚ ਆਓ ਉੱਥੇ ਆ ਕੇ ਇਲੈਕਸ਼ਨ ਜਿੱਤ ਕੇ ਦਿਖਾਓ ਫਿਰ ਗੱਲਾਂ ਕਰਿਓ ਬਾਹਰ ਬੈਠ ਕੇ ਲੈਕਚਰ ਦੇਣੇ ਬੜੇ ਸੌਖੇ ਆ ਉਹ ਕੇਜਰੀਵਾਲ ਨੇ ਉਹ ਚੈਲੇਂਜ ਕਬੂਲ ਕੀਤਾ ਔਰ ਉੱਥੇ ਇਹੋ ਜਿਹੇ ਬੰਦੇ ਇਕੱਠੇ ਹੋਏ ਆ ਜਿਹੜੇ ਸੋਸ਼ਲ ਐਕਟੀਵਿਸਟ ਸੀ ਉਹਨਾਂ 'ਚੋਂ ਕਈ ਐਸੇ ਨੇ ਜਿਹੜੇ ਆਪਣੀਆਂ ਨੌਕਰੀਆਂ ਚੰਗੀਆਂ ਛੱਡ ਕੇ ਆਏ ਆ ਉਹ ਛੱਡ ਕੇ ਆ ਕੇ ਸੋਸ਼ਲ ਐਕਟੀਵਿਸਟ ਦਾ ਗਰੁੱਪ ਇਕੱਠਾ ਹੋਇਆ ਉਸ ਵੇਲੇ ਮੈਨੂੰ ਵੀ ਇਹ ਲੱਗਿਆ ਕਿ ਇਹੋ ਚੀਜ਼ਾਂ ਜੋ ਮੈਂ ਕਰਨੀਆਂ ਚਾਹੁੰਦਾ ਜੋ ਨਸ਼ੇ ਇਲੈਕਸ਼ਨ ਦੇ ਵਿੱਚ ਅਸੀਂ ਨਸ਼ੇ ਬੰਦ ਕਰਾਉਣੇ ਚਾਹੁੰਦੇ ਹਾਂ ਇਲੈਕਸ਼ਨ 'ਚ ਮਨੀ ਪਾਵਰ ਅਸੀਂ ਖਤਮ ਕਰਨਾ ਚਾਹੁੰਦੇ ਹਾਂ ਇਹ ਮਾਫੀਆ ਸਿਸਟਮ ਖਤਮ ਕਰਨਾ ਚਾਹੁੰਦੇ ਹਾਂ ਅਤੇ ਨਾਲ ਦੀ ਨਾਲ ਇਹ ਐਜੂਕੇਸ਼ਨ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਕਿਸਾਨੀ ਦੇ ਵਾਸਤੇ ਕੁਛ ਕਰਨਾ ਚਾਹੁੰਦੇ ਹਾਂ ਤਾਂ ਇਹਦਾ ਬੈਸਟ ਜ਼ਰੀਆ ਇਹ ਆ ਕਿ ਖੁਦ ਇਹ ਪੋਲੀਟਿਕਸ 'ਚ ਆ ਕੇ ਖੁਦ ਪਾਵਰ ਦੇ ਵਿੱਚ ਆ ਕੇ ਉਹੀ ਉਹ ਕੰਮ ਉਸੇ ਤਰੀਕੇ ਦੇ ਨਾਲ ਉਹ ਜੋ ਸਰਕਾਰ ਦੀ ਪਾਵਰ ਆ ਸਰਕਾਰੀ ਮਸ਼ੀਨਰੀ ਦੇ ਥਰੂ ਕਰੀਏ ਤਾਂ ਉਹ ਕਈ ਗੁਣਾ ਉਹ ਜ਼ਿਆਦਾ ਅਸੀਂ ਕਰ ਸਕਦੇ ਹਾਂ ਤੁਸੀਂ ਸਾਰੇ ਪੰਜਾਬ ਦੇ ਵਿੱਚ 800 ਕਿਲੋਮੀਟਰ ਦਾ ਜਿਹੜਾ ਮਾਰਚ ਕੀਤਾ ਉਸ ਤੋਂ ਬਾਅਦ ਤੁਸੀਂ ਸਾਰਾ ਪੰਜਾਬ ਦਾ ਹਾਲ ਦੇਖ ਲਿਆ ਤੁਹਾਨੂੰ ਸਾਰਾ ਕੁਛ ਪਤਾ ਲੱਗਿਆ ਵੀ ਕਿੱਥੇ ਕੀ ਕੁਛ ਹੋ ਰਿਹਾ ਇਹੋ ਜਿਹੇ ਹਾਲਾਤ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਪੰਜਾਬ ਦੇ ਪ੍ਰਤੀ ਕੀ ਜ਼ਿੰਮੇਵਾਰੀ ਬਣਦੀ ਹੈ ਦੇਖੋ ਪੰਜਾਬ ਦੇ ਪ੍ਰਤੀ ਤਾਂ ਜ਼ਿੰਮੇਵਾਰੀ ਜਿਹੜੀ ਮੈਂ ਦੱਸੀ ਆ ਜੋ ਮੈਨੂੰ ਲੱਗਦਾ ਕਿ ਇਹੀ ਉਹ ਬੰਦਾ ਕਿ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਕੇ ਰਿਜ਼ਲਟ ਤੁਹਾਡੇ ਹੱਥ 'ਚ ਨਹੀਂ ਹੈ ਰਿਜ਼ਲਟ ਵੈਲਿਊ ਦੇ ਹੱਥ 'ਚ ਆ ਸਾਡੇ ਹੱਥ ਦੇ ਵਿੱਚ ਆ ਕੋਸ਼ਿਸ਼ ਕਰਨਾ ਅਸੀਂ ਕੋਸ਼ਿਸ਼ ਨਾ ਛੱਡੀਏ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਮੇਰੇ ਮਨ ਵਿੱਚ ਇਹ ਜਦੋਂ ਦਿਨਾਂ 'ਚ ਮੈਂ ਕੰਪੇਨ ਪੰਜਾਬ ਵਿੱਚ ਕਰ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਉਦੋਂ
ਇਹ ਨਾਨਾਵਤੀ ਕਮਿਸ਼ਨ ਉਹਨਾਂ ਦਿਨਾਂ ਦੇ ਵਿੱਚ ਹੋ ਗਿਆ ਸੀ, ਇਹ ਸੱਜਣ ਟਾਈਟਲ ਦੇ ਅਗੇਂਸਟ ਕੇਸ ਰੀਓਪਨ ਹੋ ਗਏ ਸੀ, ਉਦੋਂ ਮੈਂ ਆਪਣਾ ਮਨ ਬਣਾ ਲਿਆ ਸੀ ਕਿ ਹੁਣ ਇਹ ਕੇਸ ਰੀਓਪਨ ਹੋ ਗਿਆ, ਹੁਣ ਇਹਨਾਂ 'ਚੋਂ ਇੱਕ ਅੱਧੇ ਨੂੰ ਸਜ਼ਾ ਮਿਲ ਜਾਏਗੀ ਅਤੇ ਮੈਂ ਉਧਰੋਂ ਵਿਹਲਾ ਹੋ ਜਾਊਂਗਾ। ਉਦੋਂ ਪੂਰੀ ਉਮੀਦ ਸੀ ਕਿ ਇਸ ਪਾਸੇ ਨੂੰ ਚਲੇਗਾ, ਤਾਂ ਉਦੋਂ ਮੈਂ ਪਹਿਲਾਂ ਹੀ ਇਹ ਸੋਚਦਾ ਸੀ ਕਿ ਇੱਥੋਂ ਦਿੱਲੀਓਂ ਛੱਡ ਕੇ, ਵਕਾਲਤ ਛੱਡ ਕੇ ਜਾ ਕੇ ਪੰਜਾਬ ਦੇ ਵਿੱਚ ਕੰਪੇਨ ਕਰਾਂਗੇ, ਇਹੀ ਓ ਫਾਰਮਿੰਗ ਦੀ, ਨਸ਼ਿਆਂ ਦੇ ਖਿਲਾਫ, ਅਤੇ ਇਹੀ ਓ ਉੱਥੇ ਕੰਪੇਨ ਕਰਾਂਗੇ। ਅਤੇ ਜਦੋਂ ਇਹ ਮੌਕਾ ਆਇਆ, ਇਹ ਹੁਣ ਇਹ ਪਾਰਟੀ ਜਦੋਂ ਪੰਜਾਬ ਦੇ ਵਿੱਚ ਜਦੋਂ ਆਈ, ਤਾਂ ਮੈਂ ਚਾਹੁੰਦਾ ਸੀ ਇਹੀ ਜਿਹੀ ਪਾਰਟੀ ਪੰਜਾਬ ਦੇ ਵਿੱਚ ਆਈਦੀ ਹੈ। ਮੈਂ ਇਹਨਾਂ ਨੂੰ ਜ਼ੋਰ ਲਗਾਇਆ ਉਦੋਂ, ਕੇਜਰੀਵਾਲ ਜੀ ਨੂੰ ਅਤੇ ਇਹਨਾਂ ਬਾਕੀ ਸਾਰੇ ਸਾਥੀਆਂ ਨੂੰ ਕਿ ਤੁਸੀਂ ਪੰਜਾਬ ਵਿੱਚ ਜ਼ਰੂਰ ਜਾਓ, ਪੰਜਾਬ 'ਚ ਲੋਕ ਸਭਾ ਦੇ ਇਲੈਕਸ਼ਨ ਜ਼ਰੂਰ ਲੜੋ। ਪਹਿਲਾਂ ਸ਼ੁਰੂ 'ਚ ਇਹਨਾਂ ਦਾ ਆਈਡੀਆ ਨਹੀਂ ਸੀ, ਪਰ ਉਸ ਤੋਂ ਮਗਰੋਂ ਫਿਰ ਜਦੋਂ ਬਾਅਦ ਤਾਂ ਚਲੋ ਸਾਰੇ ਇੰਡੀਆ 'ਚ ਇਹਨਾਂ ਲੜੇ, ਪਰ ਪਹਿਲਾਂ ਅਤੇ ਉਸ ਤੋਂ ਬਾਅਦ ਮੈਂ ਇਹਨਾਂ ਉੱਤੇ ਇਸ ਗੱਲ ਦੇ ਉੱਤੇ ਜ਼ੋਰ ਦੇ ਕੇ, ਔਰ ਜਦੋਂ ਮੈਨੂੰ ਫਿਰ ਜਦੋਂ ਮੈਂ ਕਿਹਾ ਕਿ ਤੁਸੀਂ ਪੰਜਾਬ 'ਚ ਇਲੈਕਸ਼ਨ ਜ਼ਰੂਰ ਲੜੋ, ਤਾਂ ਮੈਨੂੰ ਉਦੋਂ ਇਹਨਾਂ ਨੇ ਕਿਹਾ ਕਿ ਫਿਰ ਤੁਸੀਂ ਪਾਰਟੀ ਕੋਈ ਨਹੀਂ ਜੁਆਇਨ ਕਰਦੇ। ਇਹਨਾਂ ਨਾਲ ਸਾਰਿਆਂ ਦੇ ਨਾਲ ਮੇਰਾ ਸਾਥ ਤਾਂ ਪਹਿਲਾਂ ਹੀ ਸੀ, ਕਾਫੀ ਮੈਂ ਚੰਗੀ ਤਰ੍ਹਾਂ ਸਭ ਨੂੰ ਜਾਣਦਾ ਸੀ, ਅਤੇ ਉਸ ਟਾਈਮ ਦੇ ਉੱਤੇ ਫਿਰ ਮੈਂ ਇਹ ਵਿਚਾਰ ਕਰਕੇ ਜੋ ਇਹ ਪਾਰਟੀ ਜੁਆਇਨ ਕਰਕੇ, ਅਤੇ ਇਸੇ ਪਰਪਜ਼ ਲਈ ਕਿ ਮੈਂ ਸੋਚਦਾ ਕਿ ਸਾਡਾ ਇਹ ਫਰਜ਼ ਆ ਪੰਜਾਬ ਦੇ ਲਈ ਕਿ ਪੰਜਾਬ ਦੀ ਜਵਾਨੀ ਨੂੰ ਬਚਾ ਲਈਏ, ਪੰਜਾਬ ਦੀ ਕਿਸਾਨੀ ਨੂੰ ਬਚਾ ਲਈਏ। ਫੁਲਕਾ ਜੀ, ਪਿਛਲੇ 30 ਸਾਲ ਸੇ ਜੋ ਸਿੱਖ ਦੰਗੇ ਹੋਏ ਥੇ, ਸਿੱਖ ਕਤਲੇਆਮ ਹੋਆ ਥਾ 1984 ਮੇਂ, ਉਨ ਲੋਕੋਂ ਕੋ ਨਿਆਏ ਦਿਲਵਾਨੇ ਕੇ ਲੀਏ ਲਗੇ ਹੋਏ ਹੈ। ਏਕ ਸ਼ਖਸ ਜੋ 1984 ਕੇ ਦੰਗੇ ਸੇ ਅਗਰ ਜੁੜਤਾ ਹੈ ਤੋ ਵੋ ਹੈ ਫੁਲਕਾ ਜੀ, ਜਿਨ੍ਹੋਂਨੇ ਰਾਤ ਦਿਨ ਬਿਨਾ ਪੈਸੇ ਕੇ, ਬਿਨਾ ਕਿਸੀ ਸਵਾਰਥ ਕੇ ਆਜ ਤੱਕ ਕਾਮ ਕੀਆ। ਪੰਜਾਬ ਕੇ ਅੰਦਰ ਵੀ ਇਤਨਾ ਨਸ਼ਾ ਪਤਾ ਹੈ, ਪੰਜਾਬ ਕੇ ਯੁਵਾ ਨਸ਼ੇ ਕੇ ਅੰਦਰ ਬੁਰੀ ਤਰ੍ਹਾਂ ਸੇ ਪੀੜਿਤ ਹੈ, ਉਨਕੋ ਵੀ ਨਸ਼ੇ ਸੇ ਬਾਹਰ ਨਿਕਾਲਨੇ ਕੇ ਲੀਏ ਉਨ੍ਹੋਂਨੇ ਕਾਫੀ ਕਾਮ ਕੀਆ ਹੈ। ਫੂਲਕਾ ਜੀ ਨੇ ਜਿਹੜਾ ਰੋਲ ਨਿਭਾਇਆ ਹੈ 1984 ਦੇ ਕਤਲੇਆਮ ਦੇ ਲੋਕਾਂ ਨੂੰ ਮੁਆਵਜ਼ੇ ਦਿਵਾਉਣ ਦਾ ਤੇ ਇਨਸਾਫ ਦਿਵਾਉਣ ਦਾ, ਉਹ ਇੱਕ ਬੜਾ ਹੀ ਜਿਹੜਾ ਇੱਕ ਔਖਾ ਕੰਮ ਸੀਗਾ ਜਿਹੜਾ ਉਹਨਾਂ ਨੇ ਕੀਤਾ। ਐਂਡ ਉਸ ਵੇਲੇ ਇਹ ਸ਼ੁਰੂ ਕੀਤਾ ਜਦੋਂ ਉਹਨਾਂ ਨੇ ਵਕਾਲਤ ਦੀ ਸ਼ੁਰੂਆਤ ਕੀਤੀ ਸੀਗੀ, ਅਤੇ ਉਹਨਾਂ ਨੂੰ ਮੁਸ਼ਕਿਲਾਂ ਵੀ ਬੜੀਆਂ ਆਈਆਂ, ਫਾਈਨੈਂਸ਼ੀਅਲ ਪ੍ਰੋਬਲਮਸ ਵੀ ਸੀਗੀਆਂ, ਨਵੇਂ ਨਵੇਂ ਸੈਟਲ ਹੋ ਰਹੇ ਸੀ ਦਿੱਲੀ ਦੇ ਵਿੱਚ, ਅਤੇ ਕਿਸ ਤਰੀਕੇ ਨਾਲ ਦਿੱਲੀ ਦਾ ਮਾਹੌਲ ਸੀਗਾ, ਉੱਥੇ ਦੇ ਜਿਹੜੇ ਲੋਕ ਸੀ ਉਹ ਕਾਂਗਰਸ ਦੇ ਇੰਨੇ ਜ਼ਿਆਦਾ ਖੌਫ ਸੀਗੇ ਕਿ ਕੋਈ ਵੀ ਕਾਂਗਰਸ ਦੇ ਖਿਲਾਫ਼ ਬੋਲਣ ਦੀ ਜ਼ਰੂਰਤ ਨਹੀਂ ਸੀ ਕਰ ਸਕਦਾ। ਉਸ ਸਮੇਂ ਜੋ ਫੂਲਕਾ ਜੀ ਨੇ ਕੰਮ ਕੀਤਾ ਉਹ ਇੱਕ ਬੜਾ ਵੱਡਾ ਕਦਮ ਸੀਗਾ, ਅਤੇ ਅਸੀਂ ਵੀ ਪੰਜਾਬ 'ਚ ਬੈਠੇ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦਾ ਕੰਮ ਕਰਦੇ ਸੀਗੇ, ਅਸੀਂ ਇੱਕ ਉਹਨਾਂ ਨੂੰ ਐਜ਼ ਅ ਆਈਕੋਨ ਟ੍ਰੀਟ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇਹ ਰਸਤਾ ਦਿਖਾਇਆ ਕਿ ਕਿਵੇਂ ਤੁਸੀਂ ਲੰਬੇ ਸਮੇਂ ਤੱਕ ਆਪਣੇ ਬਿਨਾਂ ਥੱਕੇ ਆਪਣੇ ਕੰਮ ਜਿਹੜਾ ਹੈਗਾ ਕਰਦੇ ਹੋ, ਇੱਕ ਤੁਸੀਂ ਇੱਕ ਟੀਚੇ ਨੂੰ ਲੈ ਕੇ ਤੁਰਦੇ ਹੋ ਵੀ ਇਹਨਾਂ ਨੂੰ ਇਨਸਾਫ ਦਿਵਾਉਣਾ ਹੈ, ਇਹਨਾਂ ਨੂੰ ਮੁਆਵਜ਼ਾ ਦਿਵਾਉਣਾ ਹੈ, ਸਿੱਖ ਕਤਲੇਆਮ ਦੇ ਜਿਹੜੇ ਦੋਸ਼ੀ ਹੈਗੇ ਨੇ ਉਹ ਕਟਕੜੇ ਦੇ ਪਿੱਛੇ ਖੜੇ ਹੋਣੇ ਚਾਹੀਦੇ ਨੇ। ਸੋ ਮੈਂ ਕਹਾਂਗਾ ਕਿ ਫੂਲਕਾ ਜੀ ਇੱਕ ਬੜੀ ਵਿਲੱਖਣ ਸ਼ਖਸੀਅਤ ਨੇ, ਐਂਡ ਬੜੀ ਡਿਟਰਮੀਨੇਸ਼ਨ ਹੈ ਉਸ ਸ਼ਖਸ ਦੀ ਕਿ ਜਿਹਨੇ ਆਪਣੇ ਪ੍ਰੋਫੈਸ਼ਨ ਨੂੰ ਜਿਹੜਾ ਹੈਗਾ ਦਾਅ 'ਤੇ ਲਗਾ ਕੇ ਆਪਣਾ ਇੱਕ ਯੋਗਦਾਨ ਬਹੁਤ ਵੱਡਾ ਪਾਇਆ, ਅਤੇ ਸਿੱਖ ਕੌਮ ਉਹਨਾਂ ਦੀ ਰਿਣੀ ਹੈ, ਹਿਊਮੈਨਿਟੀ ਉਹਨਾਂ ਦੀ ਰਿਣੀ ਹੈ, ਜਿਹੜਾ ਉਹਨਾਂ ਨੇ 84 ਦੇ ਕਤਲੇਆਮ ਦੇ ਜਿਹੜੇ ਲੋਕ ਸੀ ਪੀੜਤ ਉਹਨਾਂ ਨੂੰ ਇਨਸਾਫ਼ ਦਿਵਾਉਣ ਲਈ ਲੰਬੀ ਜਦੋ ਜਹਿਦ ਵਿੱਢੀ, ਅਤੇ 1984 ਤੋਂ ਲੈ ਕੇ ਅੱਜ ਤੱਕ ਉਹ ਜਦੋ ਜਹਿਦ ਜਿਹੜੀ ਹੈਗੀ ਉਹ ਚੱਲ ਰਹੀ ਹੈ। 30 ਸਾਲ ਹੋ ਗਏ ਨੇ, ਪਰ ਉਹਨਾਂ ਦੀ ਜਿਹੜੀ ਜਿਹੜਾ ਹੌਸਲਾ
ਉਹ ਨਹੀਂ ਥੱਕਿਆ, ਉਹਨਾਂ ਦੀ ਜਿਹੜੀ ਸਪਿਰਿਟ ਹੈਗੀ ਹੈ ਟੂ ਗੈਟ ਜਸਟਿਸ ਉਹ ਘੱਟ ਨਹੀਂ ਹੋਈ। ਸੋ ਇੱਕ ਬੜੀ ਵਿਲੱਖਣ ਸ਼ਖਸੀਅਤ ਦੇ ਉਹ ਮਾਲਕ ਨੇ, ਤੇ ਹੈਡਸ ਆਫ ਟੂ ਮਿਸਟਰ ਫੂਲਕਾ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਦਿੱਲੀ ਬੈਠੇ ਐਡਵੋਕੇਟ ਸਰਦਾਰ ਐਚ ਐਸ ਫੂਲਕਾ ਨੂੰ ਮੈਂ ਅੱਜ ਤੱਕ ਮਿਲਿਆ ਨਹੀਂ, ਪਰ ਬਗੈਰ ਮਿਲੇ ਤੋਂ ਉਹਨਾਂ ਦੀ ਸ਼ਖਸੀਅਤ ਦੀ ਮਹਿਕ ਇੰਨੀ ਮਹਿਸੂਸ ਕੀਤੀ ਹੈ ਕਿ ਮੈਨੂੰ ਇੰਝ ਲੱਗਦਾ ਜਿਵੇਂ ਪਿਛਲੇ 30 ਸਾਲਾਂ ਤੋਂ ਅਸੀਂ ਇਕੱਠੇ ਹੀ ਤੁਰੇ ਫਿਰਦੇ। ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਕਾਂਡ ਹੋਇਆ ਸੀ ਜਿਹਨੂੰ ਕੁਛ ਲੋਕ ਦਿੱਲੀ ਦੰਗੇ ਕਹਿੰਦੇ। ਦੰਗਾ ਤਾਂ ਹੁੰਦਾ ਜੇ ਦੋ ਧਿਰਾਂ ਲੜਨ, ਇੱਕ ਦੇ 15 ਮਰਨ, ਦੂਜੇ ਦੇ 20 ਮਰਨ, ਜਿੱਥੇ ਇੱਕੋ ਧਿਰ ਦੇ ਮਰਨ ਉਹ ਕਤਲੇਆਮ ਹੁੰਦਾ। ਉਸ ਕਤਲੇਆਮ ਨੂੰ ਜਿਸ ਢੰਗ ਨਾਲ ਸਿਆਸੀ ਪਾਰਟੀਆਂ ਨੇ ਲਿਆ, ਉਹਨਾਂ ਸਾਰਿਆਂ ਤੋਂ ਬਹੁਤ ਪਾਸੇ ਹਟ ਕੇ ਐਚ ਐਸ ਫੂਲਕਾ ਸਾਹਿਬ ਨੇ ਉਹਨਾਂ ਪੀੜਤਾਂ ਦੇ ਕੇਸ 30 ਸਾਲ ਤੱਕ ਲੜੇ। ਲੋਕੀ ਕਹਿੰਦੇ ਆ ਬੇਰੀ ਨਾਲੇ ਬੇਰ ਦੇਈ ਜਾਂਦੀ ਹੈ, ਨਾਲੇ ਕੰਡੇ ਜਿਹੜੇ ਉਹ ਉੱਥੇ ਪੱਥਰ ਵੀ ਲੋਕੀ ਮਾਰੀ ਜਾਂਦੇ, ਉਹ ਵੀ ਵਿਚਾਰੀ ਖਾਈ ਜਾਂਦੀ ਹੈ। ਐਚ ਐਸ ਫੂਲਕਾ ਨੇ ਸਾਰੀ ਉਮਰ ਲੋਕਾਂ ਦੇ ਕੇਸ ਲੜੇ ਤੇ ਜਿਨ੍ਹਾਂ ਨੇ ਕੱਖ ਨਹੀਂ ਕੀਤਾ, ਜਿਹੜੇ ਦੁਨੀਆਂ ਨੂੰ ਲੁੱਟ ਕੇ ਖਾ ਗਏ ਆ, ਉਹਨਾਂ ਤੋਂ ਇਹ ਇਲਜ਼ਾਮ ਵੀ ਲਵਾ ਲਿਆ ਕਿ ਫੂਲਕੇ ਦਾ ਕੀ ਹੈ, ਉਹ ਤਾਂ ਪੈਸੇ ਲੈ ਕੇ ਕੇਸ ਲੜਦਾ। ਅੱਜ ਤੱਕ ਕਦੇ ਕੋਈ ਇਹ ਸਾਬਤ ਨਹੀਂ ਕਰ ਸਕਿਆ ਕਿ ਫੂਲਕਾ ਸਾਹਿਬ ਨੇ ਕਿਸੇ ਤੋਂ ਕੋਈ ਪੈਸਾ ਲਿਆ। ਕੋਈ ਇਹ ਸਾਬਤ ਨਹੀਂ ਕਰ ਸਕਿਆ ਕਿ ਕੇਸਾਂ 'ਚ ਕੋਈ ਲਚਕ ਵਿਖਾਈ ਹੈ। ਕੋਈ ਇਹ ਸਾਬਤ ਨਹੀਂ ਕਰ ਸਕਿਆ ਕਿ ਕਾਨੂੰਨ ਵਿੱਚੋਂ ਕਿਸੇ ਪੱਖ ਤੋਂ ਊਣੇਪਣ ਰਹੇ ਨੇ। ਇਹਦੇ ਨਾਲ ਨਾਲ ਕੁਝ ਸਮਾਜੀ ਸੰਸਥਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਐਨ ਜੀ ਓ ਕਹਿਣ ਲੱਗ ਪਏ, ਅੰਗਰੇਜ਼ੀ ਦਾ ਸ਼ਬਦ ਹੈ ਨਾਨ ਗਵਰਨਮੈਂਟਲ ਆਰਗਨਾਈਜੇਸ਼ਨ, ਉਹਨਾਂ ਸੰਸਥਾਵਾਂ ਦੇ ਰਾਹੀਂ ਦਿੱਲੀ ਵਾਲਿਆਂ ਦੀ ਵੀ, ਪੰਜਾਬ ਵਾਲਿਆਂ ਦੀ ਵੀ, ਤੇ ਜੇ ਹੋਰ ਕੋਈ ਅੜਿਆ ਥੜਿਆ ਕਿਸੇ ਪਾਸਿਓਂ ਆ ਗਿਆ ਉਹਦੀ ਵੀ ਸੇਵਾ ਜਿੰਨੀ ਕਰ ਸਕਦੇ ਆ, ਕਾਨੂੰਨੀ ਪੱਖ ਤੋਂ ਵੀ, ਸਮਾਜੀ ਪੱਖ ਤੋਂ ਵੀ। ਤੇ ਲੋਕ ਤਾਂ ਇੱਥੋਂ ਤੱਕ ਵੀ ਦੱਸਦੇ ਕਿ ਕਦੇ ਕਦਾਈ ਆਪਣੀ ਜੇਬ ਚੋਂ ਕੁਝ ਨਾ ਕੁਝ ਕੱਢ ਕੇ ਹੱਥੀਂ ਦੇ ਕੇ ਵੀ, ਜਿਹੜਾ ਗੁਰੂ ਸਾਹਿਬ ਕਹਿੰਦੇ ਸੀ ਕਾਲ ਖਾਏ ਕਿਸੇ ਹੱਥੋਂ ਦੇ, ਉਹ ਇਹ ਕੰਮ ਵੀ ਕਰ ਜਾਂਦੇ ਨੇ। ਇਹੀ ਕਾਰਨ ਹੈ ਕਿ ਮੈਂ ਬਿਨਾਂ ਮਿਲੇ ਤੋਂ ਵੀ ਪਿਛਲੇ 30 ਸਾਲਾਂ ਤੋਂ ਉਹਨਾਂ ਦੀ ਸ਼ਖਸੀਅਤ ਦੀ ਮਹਿਕ ਇੰਨੀ ਜ਼ਿਆਦਾ ਮਹਿਸੂਸ ਕੀਤੀ। ਮੈਨੂੰ ਹਰ ਵਕਤ ਇੰਝ ਲੱਗਦਾ ਜਿਵੇਂ ਅਸੀਂ ਇਕੱਠੇ ਤੁਰੇ ਫਿਰਦੇ ਹਾਂ। ਮੇਰੀ ਇੱਕ ਕਾਮਨਾ ਹੈ ਕਿ ਨਾ ਸਿਰਫ ਫੂਲਕਾ ਸਾਹਿਬ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ, ਬਲਕਿ ਉਹਨਾਂ ਤੋਂ ਪ੍ਰੇਰਣਾ ਲੈ ਕੇ ਸਮਾਜ ਇਹੋ ਜਿਹੇ ਕੁਛ ਹੋਰ ਫੂਲਕਾ ਪੈਦਾ ਕਰੇ। ਸਮਾਜ ਨੂੰ ਲੋੜ ਹੈ, ਸੱਚਮੁੱਚ ਲੋੜ ਹੈ ਫੂਲਕਾ ਸਾਹਿਬ ਵਰਗੇ ਲੋਕਾਂ ਦੀ। ਸਰਦਾਰ ਹਰਵਿੰਦਰ ਸਿੰਘ ਫੂਲਕਾ ਸਾਹਿਬ ਦਾ ਨਾਂ ਜਿਹੜਾ ਮੈਂ ਪਹਿਲੀ ਵਾਰ ਸੁਣਿਆ ਸੀ, ਉਹ 1984 ਦਿੱਲੀ ਦਾ ਜੋ ਸਿੱਖ ਕਤਲੇਆਮ ਆ ਉਹਦੇ ਸੰਬੰਧ ਵਿੱਚ ਜਿਹੜੀ ਉਹਨਾਂ ਨੇ ਇੱਕ ਵਕੀਲ ਦੇ ਤੌਰ 'ਤੇ ਭੂਮਿਕਾ ਨਿਭਾਈ ਉਹਦੇ ਕਰਕੇ ਹੀ ਸੁਣਿਆ ਸੀ। ਬਾਅਦ ਦੇ ਵਿੱਚ ਉਹਨਾਂ ਦੀ ਇਸੇ ਬਾਰੇ ਹੀ ਕਿਤਾਬ ਆਈ, ਜਦੋਂ ਇੱਕ ਰੁੱਖ ਨੇ ਦਿੱਲੀ ਹਿਲਾਈ। ਉਹ ਕਿਤਾਬ ਪੜ੍ਹ ਕੇ ਮੇਰੇ ਮਨ ਦੇ ਵਿੱਚ ਉਹਨਾਂ ਪ੍ਰਤੀ ਇੱਜ਼ਤ ਜਿਹੜੀ ਆ ਹੋਰ ਵੀ ਵੱਧ ਗਈ। ਔਰ ਉਸ ਤੋਂ ਬਾਅਦ ਅੱਜ ਤੱਕ ਜੋ ਵੀ ਉਹਨਾਂ ਨੇ ਕੰਮ ਕੀਤੇ ਨੇ ਇਨਸਾਨੀਅਤ ਲਈ, ਪੰਜਾਬ ਲਈ, ਉਹ ਸਾਰੇ ਹੀ ਬਹੁਤ ਸਲਾਹੁਣ ਯੋਗ ਨੇ। ਸਾਡੇ ਵਰਗਿਆਂ ਲਈ, ਸਾਡੇ ਵਰਗੇ ਛੋਟਿਆਂ ਲਈ ਉਹ ਇੱਕ ਚਾਨਣ ਮੁਨਾਰੇ ਨੇ। ਔਰ ਇਹ ਜਿਹੜੀ ਡਾਕੂਮੈਂਟਰੀ ਆ, ਇਹ ਬਣਾਉਂਦੇ ਸਮੇਂ ਉਹਨਾਂ ਨਾਲ ਬਹੁਤ ਲੰਮੀਆਂ ਗੱਲਾਂ ਕਰਨ ਦਾ ਮੌਕਾ ਮਿਲਿਆ ਔਰ ਉਹਨਾਂ ਬਾਰੇ ਹੋਰ ਜਾਣਨ ਦਾ ਮੌਕਾ ਮਿਲਿਆ, ਤਾਂ ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਸਰਦਾਰ ਫੂਲਕਾ ਸਾਹਿਬ ਵਰਗੀ ਜਿਹੜੀ ਸ਼ਖਸੀਅਤ ਹੈ ਉਹਦੀ ਪੰਜਾਬ ਨੂੰ ਅੱਜ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਲੋੜ ਹੈ। ਔਰ ਮੇਰੇ ਖਿਆਲ ਦੇ ਵਿੱਚ ਅਜਿਹੀ ਸ਼ਖਸੀਅਤ ਪੰਜਾਬ ਨੂੰ ਜਿਹੜੀ ਯੋਗ ਅਗਵਾਈ ਦੇ ਸਕਦੀ ਹੈ, ਸਮਾਜਿਕ ਤੌਰ 'ਤੇ ਵੀ, ਰਾਜਨੀਤਿਕ ਤੌਰ 'ਤੇ ਵੀ। ਅਸੀਂ ਫੂਲਕਾ ਸਾਹਿਬ ਦੇ ਚੰਗੇਰੇ ਭਵਿੱਖ ਲਈ ਅਤੇ ਪੰਜਾਬ ਦੇ ਚੰਗੇਰੇ ਭਵਿੱਖ ਲਈ ਇੱਕੋ ਜਿੰਨੇ ਹੀ ਆਸਵਾਨ ਦਾ। ਮੈਂ ਤਾਂ ਸਿਰਫ ਇਹੀਓ ਬੇਨਤੀ ਕਰਦਾ ਜੀ ਸਾਰਿਆਂ ਨੂੰ, ਜੇ ਮੈਂ ਪਹਿਲਾਂ ਵੀ ਕਿਹਾ ਕਿ ਕੋਈ ਕੰਮ ਵੱਡਾ ਨਹੀਂ ਹੁੰਦਾ, ਕਦੇ ਇਹ ਸੋਚ ਕੇ ਨਹੀਂ ਕਿ ਮੈਨੂੰ ਕੋਈ ਬੜਾ ਵੱਡਾ ਮੌਕਾ ਮਿਲੇਗਾ ਮੈਂ ਤਾਂ ਕਰਾਂਗਾ। ਮੈਂ ਵੀ ਬੱਚੇ ਤੁਹਾਡੇ ਵਰਗਾ ਸੀ, 28 ਸਾਲ ਦੀ ਉਮਰ ਸੀ ਜਦੋਂ ਮੈਂ ਆਪਣਾ ਇੰਨਾ ਖਿੱਸਾ ਪਾਉਣ ਗਿਆ ਸੀ 1984 ਦੇ ਕਤਲੇਆਮ ਦੇ ਕੇਸਾਂ ਵਿੱਚ ਕਿ ਮੈਂ ਜਾ ਕੇ ਕਿਤਾਬ ਫੜਾਇਆ ਵਾਂ, ਜਾਂ ਮੈਂ ਇੰਨਾ ਕੁ ਆਪਣਾ ਰੋਲ ਕਿਸੇ ਜਾ ਕੇ ਇੱਕ ਦੋ ਐਫੀਡੇਵਿਟ ਫਿਲ ਕਰਦੇ ਹਾਂ ਰਿਲੀਫ ਕੈਂਪਾਂ ਜਾ ਕੇ, ਉੱਥੋਂ ਮੈਂ ਸ਼ੁਰੂ ਹੋਇਆ ਸੀ। ਅਤੇ ਜਿੱਥੋਂ ਵੀ ਤੁਸੀਂ ਬੈਠੇ ਹੋ, ਜਿਸ ਜਗ੍ਹਾ 'ਤੇ ਬੈਠੇ ਹੋ, ਜਿੰਨਾ ਵੀ ਚਾਹੇ ਛੋਟੇ ਤੋਂ ਛੋਟਾ ਰੋਲ ਤੁਸੀਂ ਪਲੇ ਕਰ ਸਕਦੇ ਹੋਵੋ, ਜੋ ਵੀ ਸਮਾਜ ਸੇਵਾ ਔਰ ਪੰਜਾਬ ਦੀ ਇਹ ਪੰਜਾਬ ਦੇ ਦਰਦ ਨੂੰ ਘਟਾਉਣ ਲਈ, ਪੰਜਾਬ ਨੂੰ ਸੁਧਾਰਨ ਵਾਸਤੇ ਛੋਟੇ ਤੋਂ ਛੋਟਾ ਰੋਲ ਵੀ ਆਪਾਂ ਜੋ ਪਲੇ ਕਰ ਸਕਦੇ ਹੋਈਏ, ਆਪਾਂ ਆਪਣੇ ਵੱਲੋਂ ਸੰਸੀਅਰਲੀ ਕਰੀਏ।
ਬਾਕੀ ਉਹਦੇ ਹੱਥ 'ਤੇ ਛੱਡ ਦਈਏ। ਜੇ ਉਹਨੇ ਸਾਡੇ ਕੋਲੋਂ ਵੱਡਾ ਰੋਲ ਲੈਣਾ ਤਾਂ ਆਪਣੇ ਆਪ ਤੁਹਾਨੂੰ ਫੜ ਕੇ ਸੈਂਟਰ ਵਿੱਚ ਖੜ੍ਹਾ ਕਰ ਦੇਗਾ, ਜਿਵੇਂ ਕਿ ਮੈਨੂੰ ਹੱਥ ਫੜ ਕੇ ਉਹਨੇ ਸੈਂਟਰ ਵਿੱਚ ਖੜ੍ਹਾ ਕਰਕੇ ਸੇਵਾ ਆਪਣੇ ਆਪ ਲਈ। ਪਰ ਆਪਾਂ ਇਹ ਸੋਚ ਕੇ ਕਿ ਮੈਂ ਕੀ ਕਰ ਸਕਦਾ, ਨਾ, ਇੱਕ ਇੱਕ ਬੰਦਾ ਸਾਡੇ 'ਚੋਂ ਕਰ ਸਕਦਾ, ਹਰ ਇੱਕ ਬੰਦੇ ਦਾ ਆਪਣਾ ਰੋਲ ਆ, ਔਰ ਆਪਣਾ ਰੋਲ ਜੋ ਹੈ ਆਪਾਂ ਉਹ ਅਦਾ ਕਰੀਏ। ਜਦੋਂ ਰੋਲ ਆਪਾਂ ਆਪਣਾ ਅਦਾ ਕਰਾਂਗੇ ਤਾਂ ਇੱਕ ਇੱਕ ਦਾ ਸਭ ਦਾ ਰੋਲ ਇਕੱਠਾ ਹੋ ਕੇ ਅਸੀਂ ਇੱਕ ਬਹੁਤ ਵੱਡਾ ਇੱਕ ਪਹਾੜ ਜਿੰਨਾ ਆਪਣਾ ਬਣਾ ਲਾਂਗੇ, ਇੱਕ ਬਹੁਤ ਵੱਡੀ ਕੰਪੇਨ ਬਣਾ ਕੇ ਬਣਾ ਦੇਵਾਂਗੇ। ਔਰ ਮੈਨੂੰ ਪੂਰੀ ਉਮੀਦ ਆ ਕਿ ਪੰਜਾਬ ਨੂੰ ਅਸੀਂ ਸੁਧਾਰਾਂਗੇ, ਫਿਰ ਵਹੀ ਉਹੀ ਖੁਸ਼ਹਾਲ ਪੰਜਾਬ, ਹਰਾ ਭਰਾ ਪੰਜਾਬ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ।